ਇਹ ਜਗ੍ਹਾ ਕਿਸੇ ਗੁਰਦੁਆਰਾ ਜਾਂ ਮੰਦਿਰ ਨਾਲੋਂ ਘੱਟ ਨਹੀਂ, ਕਿਉਂਕਿ ਇੱਥੇ ਉਹਨਾਂ ਲੋਕਾਂ ਨੂੰ ਆਸਰਾ ਮਿਲਦਾ ਹੈ ਜਿਨ੍ਹਾਂ ਲੋਕਾਂ ਨੂੰ ਇਹ ਦੁਨੀਆ ਠੁਕਰਾ ਦਿੰਦੀ ਹੈ। ਨਿਆਸਰਿਆਂ ਦੇ ਲਈ ਆਸਰਾ ਪ੍ਰਭ ਆਸਰਾ। ਪ੍ਰੇਮ ਇਹ ਜਗ ਸੱਚੇ ਕੀ ਹੈ ਕੋਈ ਸੱਚੇ ਕਾ ਵਿਸ਼ਵਾਸ। ਜਿਵੇਂ ਜਿਵੇਂ ਰਿਲਾਈਜ਼ ਹੁੰਦਾ ਹੈ ਨਾ ਵੀ ਇਹ ਸੰਸਾਰ ਇੱਕ ਨੂੰ ਬਿਲੋਂਗ ਕਰਦਾ, ਇੱਕ ਤੋਂ ਆਇਆ, ਜਿਵੇਂ ਜਿਵੇਂ ਫੀਲ ਹੋਇਆ ਗੁਰਬਾਣੀ ਨੇ, ਜਿਵੇਂ ਜਿਵੇਂ ਰਿਲਾਈਜ਼ ਕਰਾਇਆ, ਅਹਿਸਾਸ ਕਰਾਇਆ, ਅਤੇ ਤਿਵੇਂ ਤਿਵੇਂ ਆਪਣਿਆਂ ਦਾ ਦਰਦ ਫਿਰ ਸਤਾਉਣ ਲੱਗਿਆ ਵੀ ਸਾਡੇ ਫੈਲੋ ਬੀਂਗ, ਸਾਡੇ ਸਮਾਜਿਕ ਪਰਿਵਾਰ ਦੇ ਮੈਂਬਰ ਰੁਲਦੇ ਹੈ। ਬੜੀ ਕੋਸ਼ਿਸ਼ ਕੀਤੀ ਉਹਨਾਂ ਦੇ ਨਾਲ, ਸਰਕਾਰੀ, ਗੈਰ ਸਰਕਾਰੀ, ਧਾਰਮਿਕ ਜਾਂ ਹੋਰ ਕਈ ਜਗ੍ਹਾ 'ਤੇ ਕੋਸ਼ਿਸ਼ ਕੀਤੀ, ਪਰ ਲੋੜੀਂਦਾ ਢੁਕਵਾਂ ਉਹੋ ਜਿਹਾ ਪ੍ਰਬੰਧ ਜਿੱਡੀ ਵੱਡੀ ਲੋੜ ਹੈ, ਅਤੇ ਜਦੋਂ ਨਹੀਂ ਰਿਸਪੋਂਸ ਮਿਲਿਆ ਤਾਂ ਫਿਰ ਦੋ ਕਮਰੇ ਕਿਰਾਏ 'ਤੇ ਲੈ ਕੇ 15 ਦਸੰਬਰ 2003 ਨੂੰ ਇੱਕ ਸਰਬ ਸਾਂਝਾ ਘਰ ਸ਼ੁਰੂ ਹੋ ਗਿਆ। ਕਿਉਂਕਿ ਉਹਦੀਆਂ ਬਣਾਈਆਂ ਹੋਈਆਂ ਛੱਤਾਂ, ਉਹਨੇ ਇੰਨੀ ਮਿਹਨਤ ਨਾਲ, ਖੂਨ ਪਸੀਨੇ ਦੀ ਕਮਾਈ ਨਾਲ ਸਿਰ 'ਤੇ ਛੱਤ ਵੀ ਦਿੱਤੀ, ਬੱਚੇ ਨੂੰ ਪੜ੍ਹਾਇਆ ਵੀ ਹੈ, ਅਤੇ ਮੈਕਸੀਮਮ ਆਪਣੀ ਜ਼ਿੰਦਗੀ ਲਗਾਈ ਹੈ। ਜੇ ਅਸੀਂ ਕਹੀਏ ਵੀ ਉਹ ਬੱਚਾ ਮਤਲਬ ਕਹਿ ਦੇਵੇ ਵੀ ਹਾਂ ਮੈਂ ਹੁਣ ਤੁਹਾਨੂੰ ਸੰਭਾਲ ਨਹੀਂ ਸਕਦਾ, ਇਹ ਉਹੀ ਬੱਚਾ ਕਹਿੰਦਾ ਹੈ ਜਿਹੜੇ ਬੱਚੇ ਦੇ ਅੰਦਰ ਇਨਸਾਨੀਅਤ ਦਾ ਕਾਲ ਹੈ, ਜਿਹਨੂੰ ਇਨਸਾਨ ਬਣਨ ਦੀ ਸਿੱਖਿਆ ਨਹੀਂ ਮਿਲੀ, ਉਹ ਬੱਚਾ ਹੀ ਇਸ ਤਰ੍ਹਾਂ ਦਾ ਫੈਸਲਾ ਲੈਂਦਾ। ਪਹਿਲਾਂ ਦੇਖਦੇ ਹਾਂ ਅਸੀਂ ਕਿਹੋ ਜਿਹੀਆਂ ਸ਼ਖਸੀਅਤਾਂ ਹੁੰਦੀਆਂ ਸੀ ਜਿਨ੍ਹਾਂ ਨੇ ਕਿ ਸਮਾਜ ਦੀ ਵੈਲਫੇਅਰ ਲਈ ਆਪਣੇ ਜੀਵਨ ਲਗਾ ਦਿੱਤੇ, ਅਤੇ ਅੱਜ ਅਸੀਂ ਆਪਣੇ ਬੱਚੇ ਨੂੰ ਹੀ, ਛੋਟੇ ਜਿਹੇ ਮਾਸੂਮ ਬੱਚੇ ਨੂੰ, ਅਤੇ ਮੈਂ ਤੁਹਾਡੇ ਥਰੂ ਇਹ ਮੈਸੇਜ ਦਿੰਦਾ, ਜੇ ਕੋਈ ਐਡੀ ਵੱਡੀ ਮਜਬੂਰੀ ਬਣ ਹੀ ਗਈ ਤੁਹਾਡੀ, ਅਤੇ ਤੁਸੀਂ ਪ੍ਰਭ ਆਸਰਾ ਦੇ ਕ੍ਰੈਡਲ ਦੇ ਵਿੱਚ ਆ ਕੇ ਇਸ ਤਰ੍ਹਾਂ ਦੇ ਬੱਚੇ ਨੂੰ ਪਾ ਸਕਦੇ ਹੋ, ਜੇ ਪਰਮਾਤਮਾ ਦੇ ਹੁਕਮ ਦੇ ਅੰਦਰ ਉਹਨੂੰ ਜੇ ਸੰਸਾਰ 'ਤੇ ਆਉਣ ਦਾ ਮੌਕਾ ਮਿਲਿਆ ਨਾ, ਤਾਂ ਕਮ ਸੇ ਕਮ ਉਹਨੂੰ ਇਸ ਤਰ੍ਹਾਂ ਦੇ ਹਾਲਾਤਾਂ, ਝਾੜੀਆਂ ਦੇ ਵਿੱਚ, ਪਾਰਕਾਂ ਦੇ ਵਿੱਚ ਜਾਂ ਕਿਤੇ ਹੋਰ ਜਗ੍ਹਾ 'ਤੇ ਇਹੋ ਜਿਹੇ, ਮੇਰਾ ਕਹਿਣ ਨੂੰ ਵੀ ਨਹੀਂ ਦਿਲ ਕਰਦਾ ਵੀ ਡਸਟਬਿਨਾਂ 'ਚੋਂ ਵੀ ਬੱਚੇ ਮਿਲਣ। ਅੱਸੀ ਸਾਲ ਦੀ ਔਰਤ, 70 ਸਾਲ ਦੀ ਔਰਤ ਲਗਭਗ ਹੈ ਨਾ, ਜਿਹਨਾਂ ਦੀ ਉਮਰ ਡਾਕਟਰ ਨੇ ਦੱਸਿਆ ਵੀ ਇੰਨੀ ਕੁ ਹੈਗੀ ਹੈ, ਅਤੇ ਉਹ ਜ਼ੁਲਮਾਂ ਤੋਂ ਪੀੜਤ ਸਾਡੇ ਕੋਲ ਆ ਰਹੀਆਂ ਜਿਹੜੀਆਂ ਹੈਗੀਆਂ, ਇੰਨੀ ਇੱਕ ਮਹੀਨੇ 6-6 ਕੇਸ ਸਾਡੇ ਕੋਲ ਰੇਪ ਤੋਂ ਪੀੜਤ ਆਏ, ਉਹਨਾਂ ਦੀ ਮਤਲਬ ਜ਼ਬਾਨ ਰੁਕ ਜਾਂਦੀ ਹੈ ਪ੍ਰਾਈਵੇਟ ਔਰਗਨ 'ਚ, ਕੀ ਉਹਨਾਂ ਨੇ ਮਤਲਬ ਮਾਰ ਕੇ ਉਹਨਾਂ ਨੂੰ ਇੱਕ ਕਿਸਮ ਦਾ ਨਾ ਮੁਰਦ, ਬਿਲਕੁਲ ਇਹ ਸਮਝ ਕੇ ਕਿ ਖਤਮ ਹੋ ਗਈਆਂ ਉਹਨਾਂ ਜ਼ੁਲਮ ਕਰਕੇ, ਵੀ ਕਿਤੇ ਇਹ ਚੀਜ਼ਾਂ ਪਤਾ ਨਹੀਂ ਕੀ ਉਹਨਾਂ ਨੇ ਜ਼ਾਲਮ ਇਨਸਾਨਾਂ ਦੀਆਂ ਕਿਹੋ ਜਿਹੀ ਸੋਚ ਹੁੰਦੀ ਹੈ। ਹੁਣ ਪਾਗਲ ਕਹਿ ਕੇ ਇਹਨਾਂ ਨੂੰ ਨਜ਼ਰਅੰਦਾਜ਼ ਕਰ ਦੇਣਾ, ਪਾਗਲ ਕਹਿ ਕੇ ਕਹਿ ਦੇਣਾ ਪ੍ਰਭ ਆਸਰਾ ਸੰਸਥਾ ਦੇ ਵਿੱਚ ਇੱਕ ਪਾਗਲ ਔਰਤ ਹੈਗੀ, ਇਹਨੂੰ ਇੱਥੇ ਦਾਖਲ ਕਰ ਲਿਆ ਜਾਵੇ, ਪੱਲਾ ਝਾੜ ਦਿੰਦੇ ਹੈ ਕਹਿ ਲਓ, ਮੈਂ ਅਲੱਗ ਅਲੱਗ ਇਹਨਾਂ ਲਈ ਪੱਲਾ ਝਾੜ ਦੇਣਾ ਵੀ ਸ਼ਬਦ ਯੂਜ਼ ਕੀਤਾ ਜਾ ਸਕਦਾ ਕਿਸੇ ਕੇਸ ਦੇ ਵਿੱਚ, ਕਈ ਵਾਰ ਤਾਂ ਇਹ ਵੀ ਪੁੱਛਦੇ ਤੁਸੀਂ ਵੱਡੇ ਸੋਸ਼ਲ ਵਰਕਰ ਪਹਿਲਾਂ ਆਪਣਾ ਐਡਰੈਸ ਲਿਖਾਓ, ਨਾਗਰਿਕ ਹੈ, ਸਾਡੀ ਸਟੇਟ ਦਾ ਨਾਗਰਿਕ ਹੈ, ਇੱਥੋਂ ਦਾ ਜਾਇਆ ਹੈ, ਅਤੇ ਉਹ ਸਾਨੂੰ ਚੇਤੇ ਕਿਉਂ ਨਹੀਂ ਆਇਆ, ਇੱਕ ਤਾਂ ਇਹ ਬੜਾ ਸਵਾਲ ਹੈ, ਅਤੇ ਇਹਨਾਂ ਦਾ ਵੀ ਤਾਂ ਬਜਟ ਦੇ ਵਿੱਚ ਹਿੱਸਾ ਹੈ, ਇਹ ਇਹਨਾਂ ਲਈ ਬਜਟ ਕਿਉਂ ਨਹੀਂ। ਅੱਜ ਜਿਸ ਜਗ੍ਹਾ 'ਤੇ ਉੱਤੇ ਅਸੀਂ ਮੌਜੂਦ ਹਾਂ, ਇੱਥੇ ਅਸੀਂ ਤੁਹਾਨੂੰ ਦੁਨੀਆ ਦਾ ਅਸਲੀ ਚਿਹਰਾ ਦਿਖਾਵਾਂਗੇ। ਇਹਨਾਂ ਸ਼ਬਦਾਂ ਦੀ ਵਰਤੋਂ ਮੈਂ ਕਿਉਂ ਕਰ ਰਿਹਾ, ਅਸੀਂ ਮੌਜੂਦ ਹਾਂ
ਨਿਆਸਰਿਆਂ ਦੇ ਲਈ ਆਸਰਾ ਪ੍ਰਭ ਆਸਰਾ ਵਿਖੇ। ਇਹ ਜਗ੍ਹਾ ਕਿਸੇ ਗੁਰਦੁਆਰਾ ਜਾਂ ਮੰਦਿਰ ਨਾਲੋਂ ਘੱਟ ਨਹੀਂ, ਕਿਉਂਕਿ ਇੱਥੇ ਉਹਨਾਂ ਲੋਕਾਂ ਨੂੰ ਆਸਰਾ ਮਿਲਦਾ ਹੈ ਜਿਨ੍ਹਾਂ ਲੋਕਾਂ ਨੂੰ ਇਹ ਦੁਨੀਆ ਠੁਕਰਾ ਦਿੰਦੀ ਹੈ। ਜਦੋਂ ਇੱਕ ਮਾਂ ਬਾਪ ਆਪਣੀ ਜ਼ਿੰਮੇਦਾਰੀ ਨਿਭਾਉਂਦਾ ਹੈ, ਇੱਕ ਮਾਂ ਬਾਪ ਦਾ ਫਰਜ਼ ਹੁੰਦਾ ਹੈ, ਜਦੋਂ ਉਸਦਾ ਬੱਚਾ ਛੋਟਾ ਹੋਵੇ ਉਹ ਉਸਨੂੰ ਪਾਲੇ, ਬੜਾ ਕਰੇ, ਉਸਦੀ ਹਰ ਜ਼ਰੂਰਤ ਪੂਰੀ ਕਰੇ, ਉਸਨੂੰ ਪੜ੍ਹਾਵੇ ਲਿਖਾਵੇ ਇੱਕ ਉਮੀਦ ਦੇ ਵਿੱਚ ਕਿ ਜਦ ਉਹ ਬਜ਼ੁਰਗ ਹੋਵੇ ਉਸਦੇ ਬੱਚੇ ਉਸਨੂੰ ਸਾਂਭ ਲੈਣ। ਪਰ ਅੱਜ ਦੇ ਦੁਨੀਆ ਦੀ ਤਰਾਸਦੀ, ਅੱਜ ਦੇ ਦੁਨੀਆ ਦੀ ਸੱਚਾਈ, ਇੱਕ ਕਾਲਾ ਚਿਹਰਾ ਉਹ ਕੀ ਹੈ? ਜਦੋਂ ਬੱਚਿਆਂ ਦਾ ਸਮਾਂ ਆਉਂਦਾ ਹੈ ਕਿ ਉਹ ਆਪਣੇ ਮਾਂ ਬਾਪ ਦੀ ਸੇਵਾ ਕਰਨ, ਪਰ ਉਹ ਆਪਣੀ ਇਹ ਜ਼ਿੰਮੇਦਾਰੀ ਨਿਭਾਉਣ ਦੀ ਜਗ੍ਹਾ ਉਹਨਾਂ ਦੇ ਲਈ ਅਜਿਹੀਆਂ ਜਗ੍ਹਾ ਲੱਭਦੇ ਨੇ ਜਿੱਥੇ ਉਹ ਉਹਨਾਂ ਨੂੰ ਛੱਡ ਸਕਣ। ਅਨਾਥ ਆਸ਼ਰਮਾਂ ਦੀ ਗੱਲ ਕਰ ਲਈਏ ਜਾਂ ਫਿਰ ਅਜਿਹੇ NGO ਜਿਹੜੇ ਕਿ ਬਣਾਏ ਗਏ ਨੇ, ਤਾਂ ਅੱਜ ਸਾਰੀ ਚੀਜ਼ਾਂ ਤੁਹਾਨੂੰ ਇੱਥੇ ਦਿਖਾਵਾਂਗੇ ਕਿ ਕਿਹੜੇ ਮਾਂ ਬਾਪ ਨੇ, ਹੋਰ ਕਿਹੜੇ ਲੋਕ ਨੇ, ਕਿਹੜੀ ਕਿਹੜੀਆਂ ਜਿਹੜੀ ਸੁਵਿਧਾਵਾਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ। ਉਹ ਉਸ ਵਿਅਕਤੀ ਦੇ ਨਾਲ ਗੱਲਬਾਤ ਕਰਾਂਗੇ ਜਿਸ ਦੁਆਰਾ ਇਸ ਸੰਸਥਾ ਦੀ ਸ਼ੁਰੂਆਤ ਕੀਤੀ ਗਈ। ਤਾਂ ਸਾਡੇ ਨਾਲ ਪ੍ਰਭ ਆਸਰਾ ਤੋਂ ਭਾਈ ਸ਼ਮਸ਼ੇਰ ਸਿੰਘ ਜੀ ਮੌਜੂਦ ਨੇ। ਬੜੀ ਵੱਡੀ ਸੇਵਾ ਦਿੱਤੀ ਆ ਪਰਮਾਤਮਾ ਨੇ ਇਹਨਾਂ ਨੂੰ, ਲੱਖਾਂ ਹੀ ਲੋਕਾਂ ਦੀ ਖੁਸ਼ੀਆਂ ਦਾ ਕਾਰਨ ਨੇ ਇਹ, ਅਤੇ ਮੈਨੂੰ ਲੱਗਦਾ ਕਿ ਆਪਣੇ ਉਸ ਕੰਮ ਦੇ ਵਿੱਚ ਸਫਲ ਵੀ ਹੋਏ ਨੇ, ਕਿਉਂਕਿ ਉਹਨਾਂ ਦੀ ਮੁਸਕਰਾਹਟ ਲੈ ਕੇ ਮੂੰਹਾਂ 'ਤੇ ਵਾਪਸ ਲੈ ਕੇ ਆਉਣ ਦੇ ਵਿੱਚ ਇਹ ਕਾਮਯਾਬ ਹੋਏ ਨੇ ਜਿਨ੍ਹਾਂ ਲੋਕਾਂ ਨੂੰ ਇਸ ਦੁਨੀਆ ਦੁਆਰਾ ਠੁਕਰਾ ਦਿੱਤਾ ਗਿਆ ਸੀ। ਤਾਂ ਗੱਲਬਾਤ ਕਰਾਂਗੇ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਮੈਂ ਗੱਲ ਕੀਤੀ, ਲੱਖਾਂ ਹੀ ਲੋਕਾਂ ਦੇ ਮੂੰਹ 'ਤੇ ਮੁਸਕਰਾਹਟ ਲੈ ਕੇ ਆਉਣ ਦੇ ਵਿੱਚ ਕਾਮਯਾਬ ਹੋਏ ਹੋ, ਤਾਂ ਅੱਜ ਆਪਣੇ ਆਪ ਨੂੰ ਕਿੱਥੇ ਮਹਿਸੂਸ ਕਰਦੇ ਹੋ, ਕਿਹੋ ਜਿਹਾ ਫੀਲ ਹੁੰਦਾ ਹੈ? ਪਹਿਲਾਂ ਤਾਂ ਮੈਂ ਜਿਹੜੇ ਲਿਵਾਉਣ ਦੇ ਸਮੂਹ ਸਰੋਤੇ ਹੈ, ਬੜੇ ਸਤਿਕਾਰਯੋਗ, ਜਿਨ੍ਹਾਂ ਦੇ ਅੰਦਰ ਸਮਾਜ ਦਾ ਦਰਦ, ਮਾਨਵਤਾ ਦਾ ਪ੍ਰੇਮ, ਜਿਹੜੇ ਕਿ ਸਮਾਜ ਦੇ ਇਹਨਾਂ ਮੁੱਦਿਆਂ ਨੂੰ ਇੰਨਾ ਪਿਆਰ ਸਤਿਕਾਰ ਨਾਲ ਦੇਖਦੇ ਹੈ, ਅਤੇ ਤੁਹਾਡੀ ਸਮੁੱਚੀ ਟੀਮ ਜਿਹੜੀ ਵੋਇਸਲੈਸ ਦੀ ਵੋਇਸ ਬਣਦੀ ਹੈ, ਸਾਰਿਆਂ ਨੂੰ ਮੈਂ ਆਪਣੇ ਦਿਲ ਦੀਆਂ ਕਹਿ ਰਹੀ ਹਾਂ ਤੋਂ ਸਲੂਟ ਕਰਦਾ ਹੈ। ਅਤੇ ਇਹ ਅਸੀਂ ਕਿੱਥੇ ਪਹੁੰਚੇ ਹਾਂ, ਅਸੀਂ ਆਪਣੇ ਮਾਰਗ ਦੇ ਉੱਤੇ, ਜਿਹਨੂੰ ਕਹੀਏ ਇਨਸਾਨੀਅਤ ਦੇ, ਆਪਣੇ ਮਨ ਦੇ ਉੱਤੇ ਬੋਝ ਹੈ ਕਿ ਇਨਸਾਨ ਦੇ ਸਾਹਮਣੇ ਇਨਸਾਨ ਮਰ ਰਿਹਾ, ਜੋ ਰੋਲ ਕੇ ਸਾਡੇ ਇਨਸਾਨ ਹੋਣ 'ਤੇ ਕੁਐਸਚਨ ਮਾਰਕ ਲੱਗ ਰਿਹਾ। ਅਸੀਂ ਆਪਣੇ ਲਈ ਕਰ ਰਹੇ ਹਾਂ, ਆਪਣਾ ਬੋਝ ਘਟਾਉਣ ਲਈ ਕਰ ਰਹੇ ਹਾਂ, ਆਪਣੇ ਮਨ ਦਾ, ਆਤਮਾ ਦਾ, ਹੈ ਨਾ। ਪਰ ਦੂਜੀ ਗੱਲ ਹੈ ਕਿ ਜਿਹੜੇ ਸਮਾਜ ਦੇ ਵਿੱਚ ਸੰਵਿਧਾਨ ਦੇ ਆਧਾਰ 'ਤੇ ਜਿਹਦੀਆਂ ਕਸਮ ਖਾ ਕੇ ਸਰਕਾਰਾਂ ਤਖਤਾਂ 'ਤੇ ਬੈਠਦੀਆਂ ਏ, ਅਤੇ ਵਾਅਦੇ ਕਰਕੇ ਸਾਰਾ ਕੁਛ ਵੀ, ਅਸੀਂ ਸਮਾਜ ਦਾ ਇੱਕ ਪਰਿਵਾਰ ਹੁੰਦਾ, ਹੁਣ ਪਰਿਵਾਰ ਦੇ ਵੀ ਜਿਹੜਾ ਬੇਵਸੇ ਲਾਚਾਰ ਹੈਗਾ, ਜਿਹੜਾ ਕਮਜ਼ੋਰ ਹੋ ਗਿਆ, ਕਿੰਨੇ ਤਰ੍ਹਾਂ ਦੀਆਂ ਸਾਡੀਆਂ ਡਿਸੇਬਿਲਟੀਆਂ, ਕੋਈ ਫਿਜ਼ੀਕਲ ਵਿਚਾਰਾ, ਜਿਹਨੂੰ ਕਹਿ ਲਓ ਵੀ ਜਿਹਦੇ ਲਿਮਸ, ਲੋਅਰ ਲਿਮਸ ਜਾਂ ਅਪਰ ਲਿਮਸ ਨਹੀਂ ਕੰਮ ਕਰ ਰਹੇ, ਬ੍ਰਿਲੀਅੰਟ ਹੈ, ਪੜ੍ਹਨਾ ਲਿਖਣਾ ਚਾਹੁੰਦਾ। ਅੱਜ ਵੀ ਮੈਂ ਜਾਂ ਗੱਡੀ ਦੇ ਵਿੱਚੋਂ ਉਤਾਰ ਰਹੇ ਸੀ, ਬੱਸ ਦੇ ਵਿੱਚੋਂ ਬੱਚੇ ਨੂੰ ਉਤਾਰ ਰਹੇ ਸੀ, ਜਿਹੜਾ ਸਕੂਲ ਵਾਸਤੇ ਭੇਜਿਆ ਸੀ, ਅਤੇ ਉਹਨਾਂ ਦੇ ਲਈ ਜੇ ਮੈਂ ਪ੍ਰਬੰਧ ਦੇਖਦਾ ਹੈਗਾ ਚਾਰ ਚੁਫੇਰੇ, ਤਾਂ ਉਹਨਾਂ ਦਾ ਵੱਡੇ ਪੱਧਰ 'ਤੇ ਕਾਲ ਦਿਖਦਾ ਹੈ। ਪਰ ਅਸੀਂ ਆਪਣੇ ਲੈਵਲ 'ਤੇ ਯਤਨਸ਼ੀਲ ਹੈ, ਸ਼ੁਰੂ ਤੋਂ ਲੱਗੇ ਹੋਏ ਹੈ, ਜਿਹਦੇ ਵਿੱਚ ਮੰਨ ਲਓ ਅੱਜ ਸਵੇਰੇ ਦੇਖ ਰਹੇ ਸੀ, ਕਹਿੰਦੇ ਜੀ 2100 ਕੁਛ ਨਾਗਰਿਕ, 2125 ਨਾਗਰਿਕ ਇੱਥੇ ਦਾਖਲ ਹੋਏ, ਅਤੇ ਜਿਹੜੇ ਕਿ ਇਲਾਜ ਸੰਭਾਲ ਜਾਂ ਕੋਈ ਹੋਰ ਬਹੁਤ ਸਾਰੇ ਕਾਰਨਾਂ ਕਰਕੇ ਡੇਲੀ ਕਹਿ ਲਓ ਮੈਡੀਕਲ ਸਹੂਲਤਾਂ, ਅੱਜ ਕੱਲ੍ਹ ਵੱਡੀ ਗਿਣਤੀ 'ਚ ਅੱਜ ਕੱਲ੍ਹ ਇਨਸਾਨ ਜਿਹੜਾ ਹੈਗਾ ਕਮਰਸ਼ੀਅਲ ਹੋਣ ਕਰਕੇ ਹੈਲਥ ਉਹ ਵੀ ਨਹੀਂ ਲੈ ਪਾ ਰਿਹਾ, ਉਹ ਵੀ ਲਗਭਗ ਇੱਕ ਮਹੀਨੇ ਦੇ ਵਿੱਚ 21,000 ਤੋਂ ਉੱਪਰ ਨਾਗਰਿਕ ਹੈ ਜਿਹੜੇ ਕਿ ਇੱਥੇ ਪ੍ਰਭ ਆਸਰਾ ਸੰਸਥਾ ਦੇ ਵਿੱਚ ਇਹਦੇ ਮਿਸ਼ਨ ਦੇ ਵਿੱਚ ਆ ਕੇ ਜਿਹੜੇ ਕਿ ਕਹਿ ਲਓ ਵੀ ਸਹਿਯੋਗ ਲੈਂਦੇ ਆ ਪਰਮਾਤਮਾ ਦੀ ਕਿਰਪਾ ਨਾਲ, ਉਹ ਸਾਰੇ ਦਾ ਕ੍ਰੈਡਿਟ ਜਿਹੜਾ ਹੈਗਾ ਸਾਡੇ ਸਮੂਹ ਲਿਵਾਉਣ, ਜਿੱਥੇ ਤੱਕ ਤੁਹਾਡੀ ਆਵਾਜ਼ ਆ ਰਹੀ ਹੈ ਨਾ, ਉਹ ਜਿਹੜੇ ਸਰੋਤੇ ਸੁਣਦੇ ਹੈਗੇ ਆ, ਅਤੇ ਉਹਨਾਂ ਨੂੰ ਕ੍ਰੈਡਿਟ ਜਾਂਦਾ ਹੈ, ਇਹ ਕ੍ਰੈਡਿਟ ਕਿਸੇ ਹੋਰ ਨੂੰ ਨਹੀਂ ਜਾਂਦਾ, ਇਹ ਕਰਨ ਵਾਲੇ ਇਹੀ ਹੈ, ਮਾਨਵਤਾ ਦੇ ਪ੍ਰੇਮੀ, ਸਮਾਜ ਦਾ ਦਰਦ ਰੱਖਣ ਵਾਲੇ, ਅਸੀਂ ਬਿਲਕੁਲ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ, ਸਾਡੇ ਮਨ 'ਤੇ ਬੋਝ ਨਹੀਂ ਹੈਗਾ, ਅਸੀਂ ਕੋਸ਼ਿਸ਼ ਕਰ ਰਹੇ ਹਾਂ, ਹੋਰ ਕੋਸ਼ਿਸ਼ ਕਰਾਂਗੇ। ਅਜੇ ਤਾਂ ਅਸੀਂ ਇਹ ਕਹਿ ਲਓ ਵੀ ਆਪਣੇ
ਇੱਕ ਆਪਣੇ ਪਿੰਡ ਦੀ ਛੋਟੀ ਜਿਹੀ ਗਲੀ ਦੀ ਰਿਪੇਅਰ ਕਰਨ 'ਤੇ ਲੱਗੇ ਹੋਏ ਹਾਂ। ਸਾਡੇ ਤਾਂ ਕਹਿ ਲਓ ਦੇਸ਼ ਦੀਆਂ ਨੈਸ਼ਨਲ ਹਾਈਵੇ ਸਾਰੀਆਂ ਰਿਪੇਅਰ ਮੰਗ ਰਹੀਆਂ। ਇਹ ਮਾਨਵਤਾ ਦੇ ਐਂਗਲ ਤੋਂ ਬੜਾ ਕੁਛ ਕਰਨਾ ਪੈਂਡਿੰਗ ਹੈ, ਅਤੇ ਅਸੀਂ ਆਪਣੀ ਜਗ੍ਹਾ ਬਿਲਕੁਲ ਜੋ ਕਹਿ ਲਓ ਵੀ ਸਾਨੂੰ ਚੰਗਾ ਲੱਗਦਾ ਅਸੀਂ ਕਰ ਰਹੇ ਹੈਗੇ ਹਾਂ, ਜੋ ਸਾਡੇ ਕੋਲੋਂ ਸੰਗਤ ਦੇ ਸਹਿਯੋਗ ਦੇ ਨਾਲ ਜੋ ਸਰਕਾਰ ਨੂੰ ਚੰਗਾ ਲੱਗਦਾ ਸਰਕਾਰ ਕਰੀ ਜਾ ਰਹੀ ਹੈ। ਅਜਿਹਾ ਜ਼ਿੰਦਗੀ 'ਚ ਕੀ ਹੋਇਆ ਕਿ ਤੁਹਾਨੂੰ ਲੋੜ ਮਹਿਸੂਸ ਹੋਈ ਕਿ ਸਾਨੂੰ ਪ੍ਰਭ ਆਸਰਾ ਬਣਾਉਣਾ ਚਾਹੀਦਾ? ਮੈਂ ਤਾਂ ਇਹ ਸਵਾਲ ਸਾਰਿਆਂ ਨੂੰ ਕਰਦਾ ਸਮਾਜ ਨੂੰ ਵੀ ਇਹੋ ਜਿਹਾ ਕੀ ਲੋੜ ਪੈ ਗਈ ਕਿ ਜਿਹੜਾ ਕਿ ਆਪਣੇ ਪਰਿਵਾਰਾਂ ਲਈ ਮਕਾਨ ਬਣਾਉਣ ਦੀ ਲੋੜ ਪੈ ਗਈ, ਅਤੇ ਇਹੋ ਜਿਹਾ ਕੀ ਮਹਿਸੂਸ ਹੁੰਦਾ ਉਹਨਾਂ ਨੂੰ ਆਪਣਾ ਲੱਗਦਾ ਨਾ ਵੀ ਮੇਰਾ ਪਰਿਵਾਰ ਹੈ। ਮੰਨ ਲਓ ਸਮਾਜ ਦੇ ਵਿੱਚ ਚੱਲਦੇ ਚੱਲਦੇ ਅੱਗੇ ਬੱਚੇ ਵੱਡੇ ਹੋ ਗਏ, ਬੱਚਿਆਂ ਨੂੰ ਹੁਣ ਵਿਆਹੁਣਾ ਹੈਗਾ, ਕਮਰਾ ਬਣਾਉਣਾ ਪੈਂਦਾ ਨਾ ਘਰ 'ਚ, ਹੋਰ ਕੋਈ ਉਹਨਾਂ ਨੂੰ ਕੀ ਲੋੜ ਪੈ ਗਈ ਸੀ ਕਮਰਾ, ਕੀ ਮਨ 'ਚ ਖਿਆਲ ਆ ਗਿਆ, ਕਿਉਂਕਿ ਮੇਰੇ ਨੂੰ ਚਾਹੀਦਾ ਹੈਗਾ। ਤੁਸੀਂ ਸਰਕਾਰਾਂ ਦੀ ਜ਼ਿੰਮੇਵਾਰੀ ਨਿਭਾ ਰਹੇ ਹੋ, ਜੇਕਰ ਮੇਰਾ ਸਵਾਲ ਇਹ ਸੀ ਕਿ ਇਹ ਜਿਹੜੇ ਨਾਗਰਿਕ ਨੇ, ਇਹ ਸਰਕਾਰਾਂ ਦੇ ਨਾਗਰਿਕ ਨੇ, ਉਹਨਾਂ ਨੂੰ ਵੋਟਾਂ ਪਾਉਂਦੇ ਨੇ, ਪਰ ਤੁਸੀਂ ਆਪਣੇ ਲੈਵਲ 'ਤੇ ਅਲੱਗ ਤੋਂ ਇਹ ਸਾਰੀ ਚੀਜ਼ਾਂ ਕਰ ਰਹੇ ਹੋ ਲੋਕਾਂ ਦੀ ਮਦਦ ਦੇ ਨਾਲ, ਉਹ ਮੇਰਾ ਸਵਾਲ ਹੈ ਕਿ ਤੁਹਾਡੀ ਜ਼ਿੰਦਗੀ 'ਚ ਕੋਈ ਇੱਦਾਂ ਦੀ ਘਟਨਾ ਵਾਪਰਦੀ ਹੈ ਕਿ ਜਿਹੜੀ ਤੁਹਾਡੀ ਜ਼ਿੰਦਗੀ ਬਦਲ ਦਿੰਦੀ ਹੈ ਅਤੇ ਤੁਸੀਂ ਪ੍ਰਭ ਆਸਰਾ ਜਿਹੜੀ ਸੰਸਥਾ ਦੀ ਸ਼ੁਰੂਆਤ ਕਰ ਦਿੰਦੇ ਹੋ? ਜਦੋਂ ਸਮਾਜ ਦੇ ਵਿੱਚ ਕਹਿ ਲਓ ਐਸੇ ਨਾਗਰਿਕ ਜਿਹੜੇ ਕਿ ਸਾਨੂੰ ਆਪਣੇ ਲੱਗਣ, ਜਿਵੇਂ ਜਿਵੇਂ ਆਪਣੇ ਲੱਗਦੇ ਹੈ, ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚ ਕੀ ਘਟਨਾ ਵਾਪਰੀ ਸੀ, ਜੀ ਜੋ ਸੂਲੀਆਂ 'ਤੇ ਚੜ੍ਹ ਕੇ ਸੱਚ ਬੋਲਦੇ ਬੋਲਦੇ ਕ੍ਰਿਸ਼ਨ ਜੀ ਨੂੰ ਮਹਾਂਭਾਰਤ ਦਾ ਯੁੱਧ ਕਰਨਾ ਪੈ ਗਿਆ, ਜਾਂ ਇਹ ਸਮਾਜ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਵੇਂ ਜੀਵਨ ਤਾਂ ਲਾਇਆ ਗੁਰੂਆਂ ਪੀਰਾਂ ਨੇ, ਜੀਵਨ ਦੇ ਨਾਲ ਸਰਬੰਸ ਲਾਉਣੇ ਪੈ ਗਏ, ਉਹਨਾਂ ਦੇ ਜੀਵਨ 'ਚ ਕੀ ਘਟਨਾ ਹੋਈ ਸੀ, ਮਾਨਵਤਾ ਦਾ ਦਰਦ, ਪ੍ਰੇਮ, ਇਹ ਜਗ ਸੱਚੇ ਕੀ ਹੈ ਕੋਹੜੇ, ਸੱਚੇ ਕਾ ਵਿਸ਼ਵਾਸ, ਜਿਵੇਂ ਜਿਵੇਂ ਰਿਲਾਈਜ਼ ਹੁੰਦਾ ਹੈ ਨਾ ਵੀ ਇਹ ਸੰਸਾਰ ਇੱਕ ਨੂੰ ਬਿਲੋਂਗ ਕਰਦਾ, ਇੱਕ ਤੋਂ ਆਇਆ, ਜਿਵੇਂ ਜਿਵੇਂ ਫੀਲ ਹੋਇਆ ਗੁਰਬਾਣੀ ਨੇ, ਜਿਵੇਂ ਜਿਵੇਂ ਰਿਲਾਈਜ਼ ਕਰਾਇਆ, ਅਹਿਸਾਸ ਕਰਾਇਆ, ਅਤੇ ਤਿਵੇਂ ਤਿਵੇਂ ਆਪਣਿਆਂ ਦਾ ਦਰਦ ਫਿਰ ਸਤਾਉਣ ਲੱਗਿਆ ਵੀ ਸਾਡੇ ਫੈਲੋ ਬੀਂਗ, ਸਾਡੇ ਸਮਾਜਿਕ ਪਰਿਵਾਰ ਦੇ ਮੈਂਬਰ ਰੁੜਦੇ ਹੈ। ਬੜੀ ਕੋਸ਼ਿਸ਼ ਕੀਤੀ ਉਹਨਾਂ ਦੇ ਨਾਲ ਹੀ, ਸਰਕਾਰੀ, ਗੈਰ ਸਰਕਾਰੀ, ਧਾਰਮਿਕ ਜਾਂ ਹੋਰ ਕਈ ਜਗ੍ਹਾ 'ਤੇ ਕੋਸ਼ਿਸ਼ ਕੀਤੀ, ਪਰ ਲੋੜੀਂਦਾ ਢੁਕਵਾਂ ਉਹੋ ਜਿਹਾ ਪ੍ਰਬੰਧ ਜਿੱਡੀ ਵੱਡੀ ਲੋੜ ਹੈ, ਅਤੇ ਜਦੋਂ ਨਹੀਂ ਰਿਸਪੋਂਸ ਮਿਲਿਆ ਤਾਂ ਫਿਰ ਦੋ ਕਮਰੇ ਕਿਰਾਏ 'ਤੇ ਲੈ ਕੇ 15 ਦਸੰਬਰ 2003 ਨੂੰ ਇੱਕ ਸਰਬ ਸਾਂਝਾ ਘਰ ਸ਼ੁਰੂ ਹੋ ਗਿਆ। ਇਹ ਹਾਲਾਤ ਇੱਦਾਂ ਦੇ ਸੀ ਵੀ ਕਈ ਵਾਰ ਰੇਲਵੇ ਸਟੇਸ਼ਨ 'ਤੇ ਲੈ ਕੇ ਬਹਿ ਜਾਣਾ ਜਾਂ ਨਹੀਂ ਨਜ਼ਰਅੰਦਾਜ਼ ਹੋਣਾ, ਕਈ ਵਾਰ ਨਜ਼ਰਅੰਦਾਜ਼ ਵੀ ਕਰਨੇ ਪੈਂਦੇ ਸੀ, ਕਰਨੇ ਨਹੀਂ ਸੀ ਪੈਂਦੇ, ਕੁਦਰਤ ਦਾ ਨਿਯਮ ਹੈ, ਇਹ ਹੋ ਜਾਂਦਾ ਸੀ ਕੋਈ ਨਜ਼ਰਅੰਦਾਜ਼, ਪਰ ਕਈ ਵਾਰ ਨਜ਼ਰਅੰਦਾਜ਼ ਹੁੰਦੇ ਨਹੀਂ ਸੀ। ਉਹ ਲੜਕੀ, ਉਹ ਔਰਤ, ਉਹ ਸਾਡਾ ਬਜ਼ੁਰਗ, ਉਹ ਸਾਡਾ ਨੌਜਵਾਨ, ਅਤੇ ਜਿਹਨੂੰ ਦੇਖ ਕੇ ਐਂ ਲੱਗਦਾ ਸੀ ਵੀ ਬਸ ਇਹ ਰਾਤ ਨੂੰ ਇੰਨੀ ਸਰਦੀ ਦੇ ਵਿੱਚ ਬਾਹਰ ਇਹੋ ਜਿਹੀਆਂ ਹਨੇਰੀਆਂ ਝੱਖੜਾਂ ਦੇ ਵਿੱਚ ਬਾਹਰ ਭੁੱਖਾ ਪਿਆਸਾ ਰੁਲਦਾ ਰਹੇਗਾ, ਇਹ ਬੀਬੀ ਇੱਦਾਂ ਰੁਲਦੀ ਰਹੇਗੀ, ਇਹ ਬੱਚੇ ਨਾਲ ਇੱਦਾਂ ਰੁਲਦੀ ਰਹੇਗੀ, ਉਹ ਫਿਰ ਇੰਨੀ ਪੇਨ ਹੁੰਦੀ ਸੀ ਨਾ, ਅਤੇ ਉਹ ਬਰਦਾਸ਼ਤ ਨਹੀਂ ਸੀ ਹੁੰਦੀ। ਫਿਰ ਗੁਰੂਆਂ ਦਾ ਇਤਿਹਾਸ ਸਾਹਮਣੇ ਆਉਣਾ ਵੀ ਗੁਰੂ ਨਾਨਕ ਦੇਵ ਜੀ ਰਾਜਿਆਂ ਨੂੰ ਉਹਨਾਂ ਦਾ ਧਰਮ ਸਮਝਾ ਰਹੇ ਹੈ, ਅਤੇ ਉਹ ਜੇਲ੍ਹਾਂ 'ਚ ਵੀ ਸੱਚ ਗਾ ਰਹੇ ਹੈ, ਫਿਰ ਉਹ ਕੋੜੀਆਂ ਨੂੰ ਵੀ ਗੱਲ ਨਾਲ ਲਾ ਰਹੇ ਹੈ, ਉਹ ਸਭ ਦਾ ਮਾਲਕ ਇੱਕੋ ਬਤਾ ਰਹੇ ਹੈ, ਦ੍ਰਿੜ ਕਰਵਾ ਰਹੇ ਹੈ, ਉਹ ਸਾਰਾ ਕੁਛ ਫਿਰ ਸਾਹਮਣੇ ਆਉਂਦਾ ਸੀ, ਅਤੇ ਉਹ ਅੰਦਰੋਂ ਅਗਵਾਈ ਜਿਹੜੀ ਸੀ, ਅੰਦਰੋਂ ਫੀਲਿੰਗ ਉਹ ਜਿੰਨੀ ਜਿੰਨੀ ਸਟਰੋਂਗ ਹੁੰਦੀ ਗਈ, ਫਿਰ ਆਪਣੇ ਜਦੋਂ ਰੁਲਦੇ ਦੇਖੇ ਗਏ ਅਤੇ ਫਿਰ ਆਪਣੇ ਦਾ ਘਰ ਸਰਬ ਸਾਂਝਾ ਘਰ ਹੋਂਦ ਵਿੱਚ ਆ ਗਿਆ। ਠੀਕ ਹੈ ਜੀ, ਤਾਂ ਹੁਣ ਤੁਹਾਡੇ ਕੋਲ ਕਿਵੇਂ ਕਿਵੇਂ ਦੇ ਲੋਕ ਸਾਰੇ ਆਉਂਦੇ ਨੇ? ਕਦੀ ਬੜੀ ਹੈਰਾਨੀ ਹੁੰਦੀ ਹੋਊਗੀ ਕਦੇ ਕਿਸੇ ਨੂੰ ਦੇਖ ਕੇ ਕਿ ਯਾਰ ਇਹ ਵੀ ਦੁਨੀਆ 'ਚ ਚੱਲ ਰਿਹਾ, ਕਿਉਂਕਿ ਤੁਹਾਨੂੰ ਤਾਂ ਹਰ ਤਰ੍ਹਾਂ ਦੇ ਲੋਕ ਮਿਲਦੇ ਨੇ, ਕਦੀ ਵੱਡੇ ਅਫਸਰਾਂ ਦੇ ਵੀ ਫੋਨ ਆਉਂਦੇ ਹੋਣਗੇ, ਵੱਡੇ ਵੱਡੇ ਲੋਕਾਂ ਦੇ ਫੋਨ ਆਉਣਗੇ ਜਿਨ੍ਹਾਂ ਕੋਲ ਪੈਸਾ ਤਾਂ ਬਹੁਤ ਹੈ ਪਰ ਆਪਣੇ ਮਾਂ ਬਾਪ ਨੂੰ ਨਹੀਂ ਸਾਂਭ ਸਕੇ। ਉਹਨਾਂ ਕੋਲ ਪੈਸਾ ਬਹੁਤ ਹੈ ਪਰ ਦਿਲ ਤੋਂ ਕੰਗਾਲ ਬਹੁਤ ਜ਼ਿਆਦਾ ਹੈ ਨਾ, ਆਉਂਦੇ ਹੈ ਬਿਲਕੁਲ, ਅਤੇ ਜਿਹੜੇ ਜਿਨ੍ਹਾਂ ਦੇ ਘਰ ਦੇ ਵਿੱਚ ਸਹੂਲਤ ਹੈਗੀ ਕਈ ਵਾਰ ਉਹਨਾਂ ਦੇ ਵੀ ਫੋਨ ਆਉਂਦੇ ਹੈ ਜਿਹੜੇ ਆਪਣੇ ਘਰ 'ਚ ਆਪ ਸੰਭਾਲ ਸਕਦੇ ਹੈ। ਅਤੇ ਪਹਿਲਾਂ ਮੈਂ ਤੁਹਾਨੂੰ ਇੱਕ ਬੜੀ ਜਿਹੜੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਸਮਾਜ ਦੇ ਵਿੱਚ ਜਦ ਅਸੀਂ ਛੋਟੇ ਹੁੰਦੇ ਸੀ ਉਹ ਪਰਿਵਾਰ ਉਸ ਵੇਲੇ ਇਕੱਠੇ ਹੁੰਦੇ ਸੀ, ਅਤੇ ਉਹਦੇ ਵਿੱਚ ਕੋਈ ਘਰ ਦੇ ਵਿੱਚ ਪ੍ਰੋਬਲਮ ਹੁੰਦੀ ਸੀ ਅਤੇ ਜ਼ਿਆਦਾਤਰ ਜਿਹੜੀ ਸਪੋਰਟ ਹੈ ਮਿਲ ਜਾਂਦੀ ਸੀ ਆਪਣੇ ਪਰਿਵਾਰ ਤੋਂ ਹੀ। ਅਤੇ ਅੱਜ ਕੱਲ੍ਹ ਜਿਹੜਾ ਪਰਿਵਾਰ ਜਿਹੜੇ ਆ ਬਹੁਤ ਛੋਟੇ ਹੋ ਗਏ ਹੈ ਨਾ, ਫੈਮਲੀਜ਼ ਬਣੀਆਂ ਹੈ ਨਾ ਜਿਵੇਂ ਨਿਊਕਲੀਅਰ ਫੈਮਲੀ ਦੇ ਵਿੱਚ, ਅਤੇ ਫਿਰ ਉਹਦੇ ਵਿੱਚ ਜਦੋਂ ਕੋਈ ਵੀ ਪ੍ਰੋਬਲਮ ਆਉਂਦੀ ਹੈ, ਹਾਲਾਤ ਇਹੋ ਜਿਹੇ ਬਣੇ ਪਏ ਹੈ
ਮਹਿੰਗਾਈ ਇੰਨੀ ਹੈ ਨਾ, ਅਲੱਗ ਕਿਸਮ ਦੇ ਟੈਕਸ ਜਿਹੜੇ ਪੂਰੇ ਦੇਣੇ ਪੈਂਦੇ ਆ, ਹਰ ਚੀਜ਼ ਖਰੀਦਦੇ ਆ। ਅੱਜ ਕੱਲ੍ਹ ਤਾਂ ਬੱਚੇ ਨੂੰ ਪੇਟ ਦੋ ਟਾਈਮ ਦੀ ਰੋਟੀ ਲਈ ਲੋਕ ਬਹੁਤ ਸੰਘਰਸ਼ ਕਰਨਾ ਪੈਂਦਾ। ਭੁੱਖੇ ਸੌਣ ਵਾਲੇ ਸਾਡੇ ਸਮਾਜ ਦੇ ਵੀ ਸਾਡੇ ਸਾਥੀ ਬਹੁਤ ਜ਼ਿਆਦਾ ਹੈਗੇ ਆ, ਅਤੇ ਜਿਹੜੇ ਕਹੀਏ ਅਸੀਂ ਮੈਡੀਕਲ ਸਹੂਲਤਾਂ ਨੂੰ ਤਰਸਣ ਵਾਲੇ, ਉਹਨਾਂ ਦੀ ਬਹੁਤ ਵੱਡੀ ਗਿਣਤੀ ਹੈ। ਜੇ ਤੁਸੀਂ ਕਦੇ ਵੀ ਇਹਦੇ ਉੱਤੇ ਦੇਖੋਗੇ, ਨੈੱਟ ਦੇ ਉੱਤੇ ਰਿਸਰਚ ਕਰੋਗੇ, ਤਾਂ ਮੈਨੂੰ ਲੱਗਦਾ ਤੁਸੀਂ ਦੇਖੋਗੇ ਲਗਭਗ 50% ਜਿਹੜਾ ਹੈ ਉਹ ਲੋੜੀਂਦਾ ਇਲਾਜ ਨਹੀਂ ਲੈਣ ਦੇ ਸਮਰੱਥ ਹੈਗੇ। ਜੇ ਐਜੂਕੇਸ਼ਨ ਦੀ ਗੱਲ ਕਰੋਗੇ, ਮੈਰੀ ਐਜੂਕੇਸ਼ਨ ਤੋਂ ਬਹੁਤ ਲੋਕ ਵਾਂਝੇ ਰੁਲਦੇ ਹੈਗੇ, ਅਤੇ ਜੇ ਰੁਜ਼ਗਾਰ ਦੀ ਗੱਲ ਕਰੋਗੇ, ਰੁਜ਼ਗਾਰ ਨੂੰ ਲੱਭਦੇ 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 ਅਤੇ ਬੰਦੇ ਡਿਪਰੈਸ਼ਨ ਚਲੇ ਜਾਂਦੇ ਹੈ। ਔਰ ਇਸ ਤਰੀਕੇ ਨਾਲ ਸਾਨੂੰ ਤਿਆਰ ਹੀ ਨਹੀਂ ਕੀਤਾ ਜਾਂਦਾ ਕਿ ਅਸੀਂ ਸੈਲਫ ਇੰਪਲਾਈ ਬਣ ਸਕੀਏ, ਇੰਨੇ ਲੋਜੀਕਲ ਸਾਡਾ ਇੰਨਾ ਬ੍ਰੇਨ ਡਿਫਰੈਂਟ ਐਂਗਲ ਤੋਂ ਉਹ ਨਹੀਂ ਖੋਲ੍ਹਿਆ ਜਾਂਦਾ, ਅਤੇ ਨਾ ਹੀ ਸਾਨੂੰ ਇਨਸਾਨ ਬਣਨ ਦੀ ਇਸ ਤਰ੍ਹਾਂ ਦੀ ਸਿੱਖਿਆ ਮਿਲ ਰਹੀ ਹੈ। ਇਨਸਾਨੀ ਦੀ ਕਦਰਾਂ ਕੀਮਤਾਂ ਸਾਡੇ 'ਚ ਭਰੀਆਂ ਜਾ ਰਹੀਆਂ ਕਿ ਅਸੀਂ ਅਣਸੁਖਾਵੇਂ ਹਾਲਾਤ ਜਿਹੜੀਆਂ ਪਰਿਸਥਿਤੀਆਂ ਸਾਡੇ ਸਾਹਮਣੇ ਬਣਨੀਆਂ, ਬੜੇ ਬੜੇ ਸੁਪਨੇ ਦਿਖਾਏ ਜਾਂਦੇ ਹੈ, ਸਮਾਜ ਜਾਂਦੇ ਆ ਉੱਥੇ, ਸਮਾਜ ਦੇ ਵਿੱਚ ਬੰਦਾ ਉਹ ਸੁਪਨੇ ਦੇ ਆਧਾਰ 'ਤੇ ਬਹੁਤ ਐਂ ਮਹਿਸੂਸ ਕਰਦਾ, ਮੈਂ ਹੁਣ ਆਹ ਕਰ ਦੂੰਗਾ, ਹੁਣ ਮੈਂ ਇਹ ਕਰ ਦੂੰਗਾ, ਅਤੇ ਉਹ ਫਿਰ ਬੰਦੇ ਨੂੰ ਸਟ੍ਰੈਸ ਅਤੇ ਡਿਪਰੈਸ਼ਨ, ਕਿਉਂਕਿ ਉਹਦੇ ਲਈ ਉੱਦਾਂ ਦੀ ਪਲੈਨਿੰਗ ਸਟ੍ਰੈਟਜੀਜ਼, ਜਿੱਦਾਂ ਦੇ ਕੋਰਸ ਹੈ, ਜਿੰਨੇ ਤਰ੍ਹਾਂ ਦੀਆਂ ਟ੍ਰੇਡਸ ਇਸ ਵੇਲੇ ਚੱਲ ਰਹੀਆਂ, ਉਸ ਟ੍ਰੇਡ ਦੇ ਲਈ ਜੋਬਸ ਵੀ ਕ੍ਰੀਏਟ ਨਾ ਹੋਣ ਕਰਕੇ, ਅਤੇ ਫਿਰ ਬੰਦੇ ਕਈ ਵਾਰ ਆਪਣੇ ਪਿਤਾ ਨੂੰ ਸੰਭਾਲਣਾ ਕਿ ਉਹ ਆਪਣੇ ਆਪ ਦਾ ਜਿਹੜਾ ਗੁਜ਼ਾਰਾ ਕਰਨ ਦੇ ਵੀ ਅਸਮਰੱਥ ਹੋ ਜਾਂਦੇ ਹੈ। ਘਰ ਹੈਗਾ ਹੈ ਪਰ ਘਰ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਲੋੜਾਂ ਹੁੰਦੀਆਂ ਹੈ, ਉਹ ਬਜ਼ੁਰਗਾਂ ਨੂੰ ਮਤਲਬ ਕਈ ਵਾਰ ਸੰਭਾਲ ਨਹੀਂ ਪਾਉਂਦੇ, ਆਪ ਵੀ ਡਿਸਟਰਬ, ਬਜ਼ੁਰਗ ਵੀ ਡਿਸਟਰਬ, ਕਈਆਂ ਦੇ ਤਾਂ ਇਹੋ ਜਿਹੇ ਹਾਲਾਤ ਬਣ ਗਏ ਵੀ ਉਹ ਸੁਸਾਈਡਲਾਈਜੇਸ਼ਨ ਬਹੁਤ ਹੈ। ਪੰਜਾਬ ਦੀ ਧਰਤੀ 'ਤੇ ਜੇ ਅਸੀਂ ਨੈਸ਼ਨਲ ਇੰਸਟੀਚਿਊਟ ਮੈਂਟਲ ਹੈਲਥ ਨਿਊਰੋਸਾਇੰਸ ਬੰਗਲੌਰ ਦੇ ਸਰਵੇ ਦੀ ਰਿਪੋਰਟ ਦੇਖੀਏ, ਤਾਂ 1.5 ਲੱਖ ਦੇ ਕਰੀਬ ਤਾਂ 2016 ਦੀ ਰਿਪੋਰਟ ਹੈਗੀ ਹੈ ਵੀ ਹਾਈ ਸੁਸਾਈਡਲ ਰਿਸਕ 'ਤੇ ਲੋਕ ਜੀ ਰਹੇ ਹੈ। ਤੁਸੀਂ ਜਿਹੜੇ ਮਾਂ ਬਾਪ ਨੂੰ ਅਨਾਥ ਆਸ਼ਰਮਾਂ 'ਚ ਛੱਡ ਦਿੰਦੇ ਨੇ, ਤੁਸੀਂ ਇਹ ਕਾਰਨ ਮੰਨਦੇ ਹੋ ਕਿ ਉਹਨਾਂ ਦੇ ਸਿਰ 'ਤੇ ਡਿਪਰੈਸ਼ਨ ਇਸ ਲਈ ਛੱਡਦੇ ਨੇ ਉਹ? ਨਹੀਂ, ਇਹ ਵੀ ਇਕੱਲਾ ਕਾਰਨ ਨਹੀਂ ਹੈਗਾ, ਉਹਦੇ ਪਿੱਛੇ ਨਾ ਉਹਨਾਂ ਨੂੰ ਉਹ ਚੀਜ਼ ਜ਼ਿੰਮੇਵਾਰੀ ਦਾ ਅਹਿਸਾਸ ਹੀ ਖਤਮ ਹੁੰਦਾ ਜਾ ਰਿਹਾ। ਵੀ ਕੀ ਕਾਰਨ ਲੱਗਦਾ ਹੈ? ਉਹਦੇ ਪਿੱਛੇ ਸਾਨੂੰ ਜਿਹੜਾ ਸਾਡੇ ਅੰਦਰ ਜੋ ਇਨਵਾਇਰਮੈਂਟ 'ਚ ਆ, ਸਾਡੇ ਅੰਦਰ ਜਿਹੜੀਆਂ ਇਨਸਾਨੀਅਤ ਕਦਰਾਂ ਕੀਮਤਾਂ ਸਾਨੂੰ ਫੋਰਸ ਕਰਦੀਆਂ, ਸਾਨੂੰ ਸੰਸਕਾਰ ਫੋਰਸ ਕਰਦੇ ਹੈ ਕਿ ਨਹੀਂ ਵੀ ਮੇਰਾ ਅਤੇ ਮੈਨੂੰ ਪਾਲਿਆ, ਮੈਨੂੰ ਪੜ੍ਹਾਇਆ, ਮੈਨੂੰ ਵੱਡਾ ਕੀਤਾ, ਇਸ ਦੀ ਵੱਡੇ ਪੱਧਰ 'ਤੇ ਕਮੀ ਦਿਖਦੀ ਹੈ। ਜਿਸ ਦਾ ਸਿੱਟਾ ਇਹ ਨਿਕਲਦਾ ਹੈ, ਨਹੀਂ ਇਹ ਨਹੀਂ ਹੋ ਸਕਦਾ, ਬੱਚਾ ਆਪ ਤਾਂ ਬਾਹਰ ਨਿਕਲ ਜੂਗਾ, ਮਾਂ ਬਾਪ ਨੂੰ ਬਾਹਰ ਨਹੀਂ ਕੱਢ ਸਕਦਾ, ਕਿਉਂਕਿ ਉਹਦੀਆਂ ਬਣਾਈਆਂ ਹੋਈਆਂ ਛੱਤਾਂ, ਉਹਨੇ ਇੰਨੀ ਮਿਹਨਤ ਨਾਲ, ਖੂਨ ਪਸੀਨੇ ਦੀ ਕਮਾਈ ਨਾਲ ਸਿਰ 'ਤੇ ਛੱਤ ਵੀ ਦਿੱਤੀ, ਬੱਚੇ ਨੂੰ ਪੜ੍ਹਾਇਆ ਵੀ ਹੈ, ਅਤੇ ਮੈਕਸੀਮਮ ਆਪਣੀ ਜ਼ਿੰਦਗੀ ਲਗਾਈ ਹੈ। ਜੇ ਅਸੀਂ ਕਹੀਏ ਵੀ ਉਹ ਬੱਚਾ ਮਤਲਬ ਕਹਿ ਦੇਵੇ ਵੀ ਹਾਂ ਮੈਂ ਹੁਣ ਤੁਹਾਨੂੰ ਸੰਭਾਲ ਨਹੀਂ ਸਕਦਾ, ਇਹ ਉਹੀ ਬੱਚਾ ਕਹਿੰਦਾ ਹੈ ਜਿਹੜੇ ਬੱਚੇ ਦੇ ਅੰਦਰ ਇਨਸਾਨੀਅਤ ਦਾ ਕਾਲ ਹੈ, ਜਿਹਨੂੰ ਇਨਸਾਨ ਬਣਨ ਦੀ ਸਿੱਖਿਆ ਨਹੀਂ ਮਿਲੀ, ਉਹ ਬੱਚਾ ਹੀ ਇਸ ਤਰ੍ਹਾਂ ਦਾ ਫੈਸਲਾ ਲੈਂਦਾ ਹੈ। ਇੱਕ ਕੇਸ ਸੁਣਿਆ ਸੀ ਮੈਂ ਇੱਥੇ, ਕਹਿੰਦੇ ਬਾਹਰ ਤੁਹਾਡੇ ਇੱਕ ਝੂਲਾ ਰੱਖਿਆ ਹੋਇਆ ਜਿਹਦੇ ਵਿੱਚ ਕੋਈ ਭਰੂਣ ਪਾ ਕੇ ਚਲਾ ਗਿਆ ਸੀ, ਇਸ ਤਰ੍ਹਾਂ ਦੀਆਂ ਘਟਨਾਵਾਂ ਕਾਫੀ ਹੈ। ਬੱਚੇ ਜਿਹੜੇ ਹੈਗੇ ਹੈ ਲਾਈਕ ਸਾਡੇ ਕੋਲ ਕ੍ਰੈਡਲ ਦੇ ਵਿੱਚ ਕਾਫੀ ਬੱਚੇ ਆਏ ਹੈ, ਕੋਈ ਸ਼ੱਕ ਨਹੀਂ ਪੰਛੀ ਨਹੀਂ ਛੱਡਦੇ ਆਪਣੇ ਬੱਚਿਆਂ ਨੂੰ ਇੱਦਾਂ, ਪਰ ਅੱਜ ਇਨਸਾਨ ਇੰਨਾ ਕਮਜ਼ੋਰ ਹੋ ਚੁੱਕਿਆ, ਪਤਾ ਨਹੀਂ ਕਿਹੜੀਆਂ ਮਜਬੂਰੀਆਂ 'ਚ ਉਹ ਇੰਨਾ ਫਸ ਗਿਆ, ਕਮਜ਼ੋਰ ਹੋ ਗਿਆ। ਅਤੇ ਹੁਣ ਤਾਂ ਮੈਨੂੰ ਬੜਾ ਦੁੱਖ ਹੋਇਆ, ਇੱਕ ਦਿਨ ਗੱਲ ਸੁਣ ਕੇ, ਪਿਛਲੇ ਹਫ਼ਤੇ ਦੀ ਗੱਲ ਹੋਣੀ ਹੈ, ਕਿ ਕੋਈ ਮੋਹਾਲੀ ਸਿਟੀ ਦੇ ਵਿੱਚ ਕੋਈ ਪਾਰਕ ਦੇ ਵਿੱਚ ਛੋਟੇ ਜਿਹੇ ਬੱਚੇ ਨੂੰ ਛੱਡ ਗਿਆ, ਮਤਲਬ ਉਸ ਬੱਚੇ ਨੂੰ ਉੱਥੇ ਛੱਡ ਦੇਣਾ, ਅਤੇ ਕਿਹੋ ਜਿਹਾ ਉਹ ਮਨ ਹੋਏਗਾ, ਕਿਹੋ ਜਿਹਾ ਉਹ ਸ਼ਖਸ ਹੋਊਗਾ, ਹੈ ਨਾ। ਪਹਿਲਾਂ ਦੇਖਦੇ ਹਾਂ ਅਸੀਂ ਕਿਹੋ ਜਿਹੀਆਂ ਸ਼ਖਸੀਅਤਾਂ ਹੁੰਦੀਆਂ ਸੀ ਜਿਨ੍ਹਾਂ ਨੇ ਕਿ ਸਮਾਜ ਦੀ ਵੈਲਫੇਅਰ ਲਈ ਆਪਣੇ ਜੀਵਨ ਲਗਾ ਦਿੱਤੇ, ਅਤੇ ਅੱਜ ਅਸੀਂ ਆਪਣੇ ਬੱਚੇ ਨੂੰ ਹੀ, ਛੋਟੇ ਜਿਹੇ ਮਾਸੂਮ ਬੱਚੇ ਨੂੰ, ਅਤੇ ਮੈਂ ਤੁਹਾਡੇ ਥਰੂ ਇਹ ਮੈਸੇਜ ਦਿੰਦਾ, ਜੇ ਕੋਈ ਐਡੀ ਵੱਡੀ ਮਜਬੂਰੀ ਬਣ ਹੀ ਗਈ ਤੁਹਾਡੀ, ਅਤੇ ਤੁਸੀਂ ਪ੍ਰਭਾਸਰ ਦੇ ਕ੍ਰੈਡਲ ਦੇ ਵਿੱਚ ਆ ਕੇ ਇਸ ਤਰ੍ਹਾਂ ਦੇ ਬੱਚੇ ਨੂੰ ਪਾ ਸਕਦੇ ਹੋ, ਜੇ ਪਰਮਾਤਮਾ ਦੇ ਹੁਕਮ ਦੇ ਅੰਦਰ ਉਹਨੂੰ ਜੇ ਸੰਸਾਰ 'ਤੇ ਆਉਣ ਦਾ ਮੌਕਾ ਮਿਲਿਆ ਨਾ, ਤਾਂ ਕਮ ਸੇ ਕਮ ਉਹਨੂੰ ਇਸ ਤਰ੍ਹਾਂ ਦੇ ਹਾਲਾਤਾਂ, ਝਾੜੀਆਂ ਦੇ ਵਿੱਚ, ਪਾਰਕਾਂ ਦੇ ਵਿੱਚ,
ਜਾਂ ਕਿਤੇ ਹੋਰ ਜਗ੍ਹਾ 'ਤੇ ਇਹੋ ਜਿਹੇ, ਮੇਰਾ ਕਹਿਣ ਨੂੰ ਵੀ ਨਹੀਂ ਦਿਲ ਕਰਦਾ ਵੀ ਡਸਟਬਿਨਾਂ 'ਚੋਂ ਵੀ ਬੱਚੇ ਮਿਲਣ, ਅਤੇ ਵੀ ਇਹੋ ਜਿਹੀ ਜਗ੍ਹਾ 'ਤੇ ਛੱਡ ਕੇ ਵੀ ਕੁਦਰਤ ਦੀਆਂ ਨਜ਼ਰਾਂ ਦੇ ਵਿੱਚ ਦੋਸ਼ੀ ਨਾ ਬਣੋ, ਕੋਈ ਮਜਬੂਰੀ ਆ ਪ੍ਰਵਾਸ ਦੇ ਕ੍ਰੈਡਲ 'ਚ ਪਾ ਦਿਉ। ਕਿੰਨੇ ਕੁ ਕੇਸ ਤੁਹਾਡੇ ਕੋਲ ਇੱਦਾਂ ਦੇ ਆ ਜਾਂਦੇ ਨੇ ਮਹੀਨੇ 'ਚ, ਸਾਲ 'ਚ, ਜਾਂ ਹੁਣ ਤੱਕ ਕਿੰਨੇ ਕੁ ਕੇਸ ਤੁਸੀਂ ਆਪਣੀ ਅੱਖਾਂ ਦੇ ਨਾਲ ਦੇਖ ਚੁੱਕੇ ਹੋ? ਸਿਰਫ ਪ੍ਰਭ ਆਸਰਾ ਦੀ ਗੱਲ ਕਰ ਰਿਹਾ ਮੈਂ। ਸਾਡੇ ਕੋਲ 2024 ਜਿਹੜਾ ਹੈਗਾ ਨਾ, ਇਹ 2024 ਨੂੰ ਦੇਖ ਲਓ ਕਿੰਨੀ ਕੁ ਦੇਰ ਹੋ ਗਈ ਜਿਹੜੇ ਨੂੰ, ਅਤੇ 2024 ਦੇ ਵਿੱਚ ਔਨ ਰਿਕਾਰਡ 24 ਪਲੱਸ ਨਾਗਰਿਕ ਸਾਡੇ ਕੋਲ ਦਾਖਲ ਹੋਏ, ਜਿਨ੍ਹਾਂ ਦੇ ਵਿੱਚ ਅਲੱਗ ਅਲੱਗ ਲੜਕੀਆਂ ਵੀ ਹੈ, ਲੜਕੇ ਵੀ ਹੈਗੇ ਹੈ, ਮਤਲਬ ਕਹਿ ਲਓ ਜਿਹਦੇ ਵਿੱਚ ਅਡਲਟ ਵੀ ਹੈਗੇ ਹੈ, ਬਜ਼ੁਰਗ ਹੈਗੇ ਹੈ। ਜਿਹਦੇ ਕੋਲ ਮਤਲਬ ਸਿਰਫ ਮੈਂਟਲੀ ਤੌਰ 'ਤੇ ਡਿਸਟਰਬ ਪੇਸ਼ੈਂਟ ਆਉਂਦੇ ਨੇ ਜਾਂ ਕਿਵੇਂ, ਜਿਵੇਂ ਕਈ ਕਈਆਂ ਦਾ ਘਰ ਬਾਰ ਨਹੀਂ ਹੈ, ਅਨਾਥ ਦੀ ਗੱਲ ਕਰ ਲਈ, ਉਹ ਵੀ ਤੁਹਾਡੇ ਕੋਲ ਇੱਥੇ ਹੁੰਦੇ ਨੇ? ਬੱਚੇ ਜਿਨ੍ਹਾਂ ਦੇ ਮਾਂ ਬਾਪ ਸਿਰ 'ਤੇ ਨਹੀਂ ਰਹੇ, ਉਹ ਬੱਚੇ ਹੁਣ ਆ ਬੱਚਾ ਜਿਹੜਾ ਹੈਗਾ ਸਾਡੇ ਕੋਲ ਮਾਨਸਾ ਤੋਂ, ਬਠਿੰਡੇ ਤੋਂ, ਜਿਨ੍ਹਾਂ ਬੱਚਿਆਂ ਦਾ ਮਤਲਬ ਉਸ ਵੇਲੇ ਕੋਈ ਨਹੀਂ ਹੈਗਾ ਲੁੱਕ ਆਫਟਰ ਕਰਨ ਵਾਲਾ, ਉਹ ਬੱਚੇ ਆ ਗਏ। ਕੋਈ ਹੋਰ ਕ੍ਰੈਡਲ 'ਚ ਬੱਚਾ ਆ ਗਿਆ, ਕੋਈ ਬੱਚੇ ਨੂੰ ਸਪੈਸ਼ਲ ਨੀਡ ਹੈਗੀ ਹੈ ਅਤੇ ਉਹ ਬੱਚਾ ਸਾਡੇ ਕੋਲ ਆ ਗਿਆ, ਕੋਈ ਮਲਟੀਪਲ ਪ੍ਰੋਬਲਮ ਹੈ ਬੱਚੇ ਨੂੰ ਕੋਈ ਇੱਦਾਂ ਦੀ, ਉਹ ਸਾਡੇ ਕੋਲ ਆ ਗਿਆ। ਨੋਰਮਲ ਬੱਚੇ ਜਿਹੜੇ ਹੈਗੇ ਹੈ ਜਿਨ੍ਹਾਂ ਦੇ ਸਿਰ 'ਤੇ ਕੋਈ ਨਹੀਂ ਹੈਗਾ, ਉਹ ਵੀ ਬੱਚੇ ਆ ਗਏ। ਇੱਦਾਂ ਹੀ ਬਜ਼ੁਰਗ ਹੈ, ਹੁਣ ਲੁਧਿਆਣੇ ਰੁਲਦਾ ਸੀ, ਉਹਨਾਂ ਨੇ ਕਿਤੇ ਹੈਲਪਲਾਈਨ 'ਤੇ ਫੋਨ ਕੀਤਾ, ਉਹ ਹੈਲਪਲਾਈਨਾਂ ਹੀ ਇੰਨੀਆਂ ਹੈਲਪਲੈਸ ਹੋ ਗਈਆਂ, ਅਤੇ ਉਹ ਨੌਜਵਾਨਾਂ ਨੂੰ ਤਰਸ ਆਇਆ, ਉਹਨਾਂ ਨੂੰ ਉੱਥੇ ਇਨਫੋਰਮੇਸ਼ਨ ਦਿੱਤੀ, ਕਹਿੰਦੇ ਪ੍ਰਭ ਆਸਰਾ ਲੈ ਜਾਓ, ਉਹ ਪ੍ਰਭ ਆਸਰਾ 'ਚ ਆ ਗਿਆ। ਹੁਣ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਕੱਲ੍ਹ ਵੀ ਕੇਸ ਆਏ, ਅਤੇ ਮੈਨੂੰ ਲੱਗਦਾ ਵੀ ਜਿਵੇਂ ਤੁਹਾਨੂੰ ਮੈਂ ਦੱਸ ਰਿਹਾ ਵੀ ਆ 2024 ਦੇ ਵਿੱਚ ਜੇ 2 ਮਹੀਨੇ ਦੇ ਵਿੱਚ ਸਾਡੇ ਕੋਲ ਲਾਈਕ ਜੇ ਆਪਾਂ ਜਨਵਰੀ ਤੋਂ ਲਾਈਏ ਫਿਰ ਤਾਂ ਹੋਰ ਵੀ ਜ਼ਿਆਦਾ ਹੋਣਗੇ, ਯਾਨੀ ਸਾਡੇ ਕੋਲ 24 ਤੋਂ ਉੱਪਰ ਕੇਸ ਪ੍ਰਸ਼ਾਸਨ ਦੇ ਥਰੂ ਪ੍ਰਭ ਆਸਰਾ ਸੰਸਥਾ ਦੇ ਵਿੱਚ ਆ ਗਏ, ਜਿੱਥੇ ਕਿ ਕਹਿ ਲਓ ਵੀ ਲਾਈਟ ਵੀ ਨਹੀਂ ਹੈਗੀ, ਜਨਰੇਟਰਾਂ ਦੇ ਨਾਲ ਕੰਮ ਚਲਾਉਣਾ ਪੈ ਰਿਹਾ, ਅਤੇ ਉਹ ਵੀ ਜਨਰੇਟਰ, ਔਰ ਹੁਣ ਜਨਵਰੀ ਦੇ ਵਿੱਚ ਕਿੰਨੀ ਠੰਡ, ਅਤੇ ਇੰਨਾ ਟੋਇਲਟ 'ਚ ਪਾਣੀ ਚਾਹੀਦਾ ਹੈਗਾ, ਅਤੇ ਗਰਮ ਪਾਣੀ ਚਾਹੀਦਾ ਹੁੰਦਾ ਉਹਨਾਂ ਬਜ਼ੁਰਗਾਂ ਨੂੰ ਜਿਹੜੇ ਬਜ਼ੁਰਗ ਮਿਲੇ, ਕਿਹੋ ਜਿਹੇ ਹਾਲਾਤਾਂ ਵਿੱਚ ਮਿਲੇ ਹੈ, ਔਰ ਉਹ ਇਸ ਪੰਜਾਬ ਦੇ ਜਾਏ ਹੈ ਬਜ਼ੁਰਗ, ਉਹ ਕਿੰਨੇ ਮਤਲਬ ਥੋੜ੍ਹਾ ਜਿਹਾ ਬੰਦੇ ਦੀ ਸਿਹਤ ਖਰਾਬ ਹੋ ਜਾਵੇ, ਜਾਂ ਇਕੱਲਾ ਰਹਿ ਗਿਆ, ਔਲਾਦ ਨਹੀਂ ਹੋਈ, ਜਾਂ ਕਿਸੇ ਨੇ ਸ਼ਾਦੀ ਨਹੀਂ ਕਰਾਈ, ਅਤੇ ਉਹ ਵੀ ਤਾਂ ਮਤਲਬ ਬਰਾਬਰ ਦਾ ਹੱਕਦਾਰ ਹੈ ਬਜਟ ਦੇ ਵਿੱਚ ਨਾ, ਪਰਿਵਾਰ ਦਾ ਜਿਵੇਂ ਇੱਕ ਪਰਿਵਾਰ ਹੁੰਦਾ, ਇੱਦਾਂ ਹੀ ਸਮਾਜ ਹੈ, ਇੱਕ ਸਮਾਜ ਦੇ ਵਿੱਚ ਉਹਨਾਂ ਦਾ ਮੁਖੀਆ ਹੁੰਦਾ, ਸਰਕਾਰ ਹੁੰਦੀ ਹੈ, ਗੌਰਮੈਂਟ ਹੁੰਦੀ, ਇਹਨੇ ਗੌਰ ਕਰਨੀ ਹੁੰਦੀ ਹੈ, ਇਸ ਚੀਜ਼ ਦੀ ਵੱਡੇ ਪੱਧਰ 'ਤੇ ਘਾਟ ਹੋਣ ਕਰਕੇ ਪ੍ਰਭ ਆਸਰਾ ਸੰਸਥਾ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਫੋਨ ਆਉਂਦੇ ਹੈ। ਜੀ ਤੁਸੀਂ ਗੱਲ ਕੀਤੀ ਸੀ ਵੀ ਜਿਹੜੇ ਤਾਂ ਕੁਛ ਤਾਂ ਬੇਬਸ ਅਤੇ ਲਾਚਾਰ ਐਸੀਆਂ ਵਿਧਵਾਵਾਂ ਜਿਹੜੀਆਂ ਕਿ ਮੰਜੇ 'ਤੇ ਹੀ ਪਈਆਂ, ਆਪਣੇ ਬੱਚੇ ਨੂੰ ਨਹੀਂ ਸੰਭਾਲ ਸਕਦੀਆਂ, ਉਹ ਮਕੈਨੀਕਲ ਇੰਜੀਨੀਅਰ ਹੈ, ਉਹ ਥੱਲੇ ਹੀ ਪਿਆ। ਤੁਹਾਨੂੰ ਕਿੰਨੀ ਕੁ ਜਿਵੇਂ ਕਈ ਮੈਂਟਲੀ ਡਿਸਟਰਬ ਆ ਜਾਂਦੇ ਨੇ, ਫਿਰ ਕਈ ਵਾਰ ਆਪਾਂ ਜਿਹੜਾ ਬੰਦਾ ਅਪਸੈਟ ਹੋ ਗਿਆ ਉਹ ਜਾਣ ਕੇ ਨਹੀਂ ਕਰਦਾ, ਪਰ ਕਈ ਵਾਰ ਤੁਹਾਡੇ ਨਾਲ ਕੋਈ ਇੱਦਾਂ ਦਾ ਵਰਤਾਰਾ ਕਈ ਵਾਰ ਵਾਪਰਿਆ ਕਿ ਜਿਵੇਂ ਬੰਦਾ ਜ਼ਬਰਦਸਤੀ ਤੁਹਾਡੇ ਵੱਲ ਨੂੰ ਆ ਗਿਆ ਹੋਵੇ, ਜਾਂ ਜਿਵੇਂ ਕਈ ਵਾਰ ਝਪਟ ਵੀ ਪੈਂਦੇ ਨੇ, ਇੱਦਾਂ ਦੀ ਚੀਜ਼ਾਂ ਕਦੀ ਕਦੀ ਹੁੰਦੀਆਂ ਨੇ? ਮੈਂ ਬੜਾ ਆਰਾਮ ਨਾਲ ਕੱਲ੍ਹ ਕਈ ਉਹਨਾਂ ਕੋਲੋਂ ਉਹ ਖਾਧੇ, ਉਹ ਇੱਦਾਂ ਜਿਉਂ ਮਾਰਨ ਲੱਗੀ, ਜਿਉਂ ਮਾਰਨ ਲੱਗੀ। ਮੇਰੇ ਬੇਬੀ ਇੱਕ ਮੋਹਾਲੀ ਤੋਂ ਮਿਲੀ ਸੀ, ਔਰ ਮੋਹਾਲੀ ਦੀ ਉਹ ਰਹਿਣ ਵਾਲੀ ਹੈ, ਉਹਦੇ ਘਰ 'ਚ ਘਟਨਾਵਾਂ ਹੀ ਇੱਦਾਂ ਦੀਆਂ ਹੋਈਆਂ, ਉਹਨਾਂ ਨੇ ਦੱਬ ਦੱਬ ਕੇ ਮੇਰੇ ਇੱਥੇ ਮਾਰੇ, ਅਤੇ ਮੈਂ ਬੜਾ ਮਤਲਬ ਮੈਨੂੰ ਦੇਖ ਰਿਹਾ ਸੀ ਵੀ ਇਹਨਾਂ ਦੇ ਵੱਸ ਦੀ ਗੱਲ ਨਹੀਂ, ਔਰ ਬਾਅਦ ਦੇ ਵਿੱਚ ਉਹਨੇ ਫਿਰ ਬਹੁਤ ਮਹਿਸੂਸ ਕੀਤਾ, ਅਤੇ ਮੈਂ ਕਿਹਾ ਕੋਈ ਗੱਲ ਨਹੀਂ ਵੀ ਜਿੰਨਾ ਦਿਲ ਕਰਦਾ ਤੁਸੀਂ ਮਾਰੋ। ਉਹਨਾਂ ਦੇ ਮਨ 'ਚੋਂ ਪਿੱਛੇ ਉਹਨਾਂ ਨਾਲ ਜੋ ਕੁਛ ਹੋਇਆ, ਸਾਡੇ ਸਮਾਜ ਨੇ ਜੋ ਕੁਛ ਕੀਤਾ, ਉਹਨਾਂ ਨੂੰ ਇੰਨਾ ਡਿਸਟਰਬ ਕਰਦਾ ਹੈ। ਕੀ ਵਾਪਰਿਆ ਸੀ ਉਹਨਾਂ ਦੇ ਨਾਲ, ਦੱਸਿਆ ਉਹਨਾਂ ਨੇ ਕੁਛ? ਵਾਪਰਿਆ ਤਾਂ ਦੱਸਣਾ ਬਹੁਤ ਲਾਈਕ ਉਹਨਾਂ ਲਈ ਵੀ ਨਹੀਂ ਸ਼ਬਦ ਖਤਮ ਹੋ ਜਾਂਦੇ ਆ ਕੀ ਵਾਪਰਿਆ ਜਿਹੜਾ ਉਹਨਾਂ ਦੇ ਨਾਲ। ਤੁਸੀਂ ਦੇਖ ਲਓ ਵੀ ਜਿੱਥੇ ਜਿਸ ਸਮਾਜ ਦੇ ਵਿੱਚੋਂ 13 ਸਾਲ ਦੀ ਲੜਕੀ ਆ ਕੇ ਬੱਚੇ ਨੂੰ ਜਨਮ ਦੇ ਰਹੀ ਹੋਵੇ, 10 ਸਾਲ ਦੀ ਬੱਚੀ ਬੱਚੇ ਨੂੰ ਜਨਮ ਦੇ, ਮੈਂ ਹਵਾ 'ਚ ਥੋੜ੍ਹਾ ਗੱਲਾਂ ਕਰ ਰਿਹਾ, ਔਨ ਰਿਕਾਰਡ ਸਾਡੇ ਕੋਲ ਹੈਗਾ, ਅਤੇ ਸਾਡੇ ਕੋਲ ਆਇਆ ਪ੍ਰਸ਼ਾਸਨ ਦੇ ਥਰੂ ਸਾਡੇ ਕੋਲ ਆਈਆਂ ਬੱਚੀਆਂ ਇਹ, ਔਰ 60 ਸਾਲ ਦੀ ਔਰਤ
ਕਿਹੋ ਜਿਹੇ ਹਾਲਾਤਾਂ 'ਚ ਜ਼ੁਲਮਾਂ ਤੋਂ ਪੀੜਤ ਸਾਡੇ ਕੋਲ ਪਹੁੰਚ ਰਹੀ ਹੈ। 80 ਸਾਲ ਦੀ ਔਰਤ, 70 ਸਾਲ ਦੀ ਔਰਤ ਲਗਭਗ ਹੈ ਨਾ, ਜਿਹਨਾਂ ਦੀ ਉਮਰ ਡਾਕਟਰ ਨੇ ਦੱਸਿਆ ਵੀ ਇੰਨੀ ਕੁ ਹੈਗੀ ਹੈ, ਅਤੇ ਉਹ ਜ਼ੁਲਮਾਂ ਤੋਂ ਪੀੜਤ ਸਾਡੇ ਕੋਲ ਆ ਰਹੀਆਂ ਜਿਹੜੀਆਂ ਹੈਗੀਆਂ, ਇੰਨੀ ਇੱਕ ਮਹੀਨੇ 6-6 ਕੇਸ ਸਾਡੇ ਕੋਲ ਰੇਪ ਤੋਂ ਪੀੜਤ ਆਏ ਹੈ। ਉਹਨਾਂ ਦੀ ਮਤਲਬ ਜ਼ਬਾਨ ਰੁਕ ਜਾਂਦੀ ਹੈ ਪ੍ਰਾਈਵੇਟ ਔਰਗਨ 'ਚ, ਕੀ ਉਹਨਾਂ ਨੇ ਮਤਲਬ ਮਾਰ ਕੇ ਉਹਨਾਂ ਨੂੰ ਇੱਕ ਕਿਸਮ ਦਾ ਨਾ ਮੁਰਦ, ਬਿਲਕੁਲ ਇਹ ਸਮਝ ਕੇ ਕਿ ਖਤਮ ਹੋ ਗਈਆਂ ਉਹਨਾਂ ਨਾਲ ਜ਼ੁਲਮ ਕਰਕੇ, ਵੀ ਕਿਤੇ ਇਹ ਚੀਜ਼ਾਂ ਪਤਾ ਨਹੀਂ ਕੀ ਉਹਨਾਂ ਨੇ ਜ਼ਾਲਮ ਇਨਸਾਨਾਂ ਦੀਆਂ ਕਿਹੋ ਜਿਹੀ ਸੋਚ ਹੁੰਦੀ ਹੈ। ਉਹਨਾਂ ਦੇ ਬਹੁਤ ਔਖੇ ਓਪਰੇਸ਼ਨ ਕਰ ਕਰਕੇ ਉਹ ਚੱਲਦੀਆਂ ਹੋਈਆਂ, ਅਤੇ ਕਈਆਂ ਦੇ ਬਹੁਤੇ ਵਾਰਸ ਮਿਲ ਗਏ, ਅਤੇ 1375 ਤੋਂ ਉੱਪਰ ਹੈਗੇ ਜਿਹੜੇ ਕਿ ਆਪਣੇ ਵਾਰਸਾਂ ਕੋਲ ਜਾ ਕੇ ਫਿਰ ਜਿਹੜੇ ਆਦਰ ਸਤਿਕਾਰ ਨਾਲ ਜ਼ਿੰਦਗੀ ਜੀਣ ਦੇ ਕੈਪੇਬਲ ਬਣੇ। ਕੁਛ ਲੋਕਾਂ ਨੇ ਐਕਸੈਪਟ ਵੀ ਨਹੀਂ ਕੀਤਾ, ਇੱਦਾਂ ਦੇ ਵੀ ਹੈਗੇ ਹੈ, ਉਹ ਸਾਡੇ ਮੋਹਾਲੀ ਜ਼ਿਲ੍ਹੇ ਦੇ ਵੀ ਹੈਗੇ, ਮਨਾ ਕਰ ਦਿੰਦੇ ਨੇ, ਉਹ ਕਹਿੰਦੇ ਨਹੀਂ ਇਹ ਘਰੋਂ ਬਾਹਰ ਗਏ ਹੈ ਵੀ ਅਸੀਂ ਨਹੀਂ ਇਹਨਾਂ ਨੂੰ ਰੱਖ ਸਕਦੇ। ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਹੈਗਾ ਕਿ ਭਾਈ ਜਿਸ ਵੇਲੇ ਡਿਪਰੈਸ਼ਨ 'ਚ ਇਨਸਾਨ ਚੱਲਿਆ ਜਾਂਦਾ, ਘਰ 'ਚ ਟ੍ਰੈਜਡੀ ਹੋ ਗਈ, ਕੋਈ ਕਿਸੇ ਦੀ ਵੀ ਡੈਥ ਹੋ ਗਈ, ਉਹ ਸਟ੍ਰੈਸ ਇੰਨਾ ਹੁੰਦਾ ਬੰਦੇ ਨੂੰ, ਕਈ ਵਾਰ ਨਹੀਂ ਪਤਾ ਲੱਗਦਾ, ਨਹੀਂ ਬੀਅਰ ਕਰ ਸਕਦਾ, ਵੀ ਇਸ ਦੇ ਉੱਤੇ ਸਾਡਾ ਸਾਰਿਆਂ ਦਾ ਫਰਜ਼ ਹੈ, ਸਰਕਾਰ ਦਾ ਵਿਸ਼ੇਸ਼ ਫਰਜ਼ ਹੈ ਲੋਕਾਂ ਨੂੰ ਮੈਂਟਲ ਹੈਲਥ ਪ੍ਰਤੀ ਅਵੇਅਰਨੈਸ ਅਵੇਅਰ ਕਰਨਾ, ਅਤੇ ਸੰਬੰਧਿਤ ਮਹਿਕਮਿਆਂ ਨੂੰ ਅਵੇਅਰ ਕਰਨਾ। ਹੁਣ ਪਾਗਲ ਕਹਿ ਕੇ ਇਹਨਾਂ ਨੂੰ ਨਜ਼ਰਅੰਦਾਜ਼ ਕਰ ਦੇਣਾ, ਪਾਗਲ ਕਹਿ ਕੇ ਕਹਿ ਦੇਣਾ ਭਰਾ ਆਸਰਾ ਸੰਸਥਾ ਦੇ ਵਿੱਚ ਇੱਕ ਪਾਗਲ ਔਰਤ ਹੈਗੀ, ਇਹਨੂੰ ਇੱਥੇ ਦਾਖਲ ਕਰ ਲਿਆ ਜਾਵੇ, ਕੋਈ ਹੱਲ ਨਹੀਂ ਹੈਗਾ। ਹੁਣ ਫਿਰ ਅਜੇ ਅੱਜ ਦੀ ਗੱਲ ਹੈਗੀ ਹੈ ਕਿ ਮਤਲਬ ਸਿਵਲ ਹਸਪਤਾਲ ਦੇ ਵਿੱਚ ਮੋਹਾਲੀ ਦੇ ਵਿੱਚ ਕੋਈ ਬੀਬੀ ਪਈ ਹੈ, ਅਤੇ ਉਹ ਕਹਿੰਦੇ ਕੋਈ ਸਾਡੇ ਕੋਲ ਹੱਲ ਨਹੀਂ ਹੈ ਇਹਦੇ ਲਈ, ਕੋਈ ਅਰੇਂਜਮੈਂਟ ਨਹੀਂ ਹੈਗਾ ਸਟੇਟ ਦੇ ਵਿੱਚ ਵੀ ਤੁਹਾਡੇ ਕੋਲ ਅਸੀਂ ਭੇਜਣਾ ਚਾਹੁੰਦੇ ਹਾਂ। ਮੈਂ ਕਿਹਾ ਜੀ ਸਾਡਾ ਮੈਡੀਕਲ ਜਿਹੜਾ ਡਾਕਟਰ ਹੈਗਾ ਅਤੇ ਉਹ ਤੁਹਾਡੇ ਕੋਲ ਆ ਰਿਹਾ, ਅਤੇ ਉਹ ਦੇਖ ਲੈਂਦਾ ਵੀ ਕਿੱਦਾਂ ਦੀ ਅਰੇਂਜਮੈਂਟ ਦੀ ਲੋੜ ਹੈ, ਵੀ ਪਹਿਲਾਂ ਹੀ ਅਸੀਂ ਇੱਕ ਬੈੱਡ 'ਤੇ ਦੋ ਪਾਏ, ਕੋਈ ਗੱਲ ਨਹੀਂ, ਵੀ ਇਹ ਰੋਲੇ ਨਾ, ਜੇ ਤੁਹਾਡੇ ਕੋਲ ਨਹੀਂ ਇੰਤਜ਼ਾਮ ਤਾਂ ਬਾਹਰ ਨਾ ਛੱਡਿਓ, ਕਿਉਂਕਿ ਇਹ ਬਹੁਤ ਵੱਡੀ ਗਿਣਤੀ 'ਚ ਸਾਨੂੰ ਦੇਖਣ ਨੂੰ ਮਿਲਦਾ ਵੀ ਉਹ ਫਿਰ ਐਸੀਆਂ ਬੀਬੀਆਂ, ਐਸੀਆਂ ਲੜਕੀਆਂ ਜਿਹੜੀਆਂ ਜਿਨ੍ਹਾਂ ਨੂੰ ਫਿਰ ਉੱਥੇ ਜ਼ਿੰਮੇਵਾਰੀ ਨਹੀਂ ਕੋਈ ਲੈਂਦਾ ਨਾ, ਫਿਰ ਉਹ ਕਈ ਵਾਰ ਬਾਹਰ ਵਿਚਾਰੇ ਨਿਕਲ ਜਾਂਦੀਆਂ ਅਤੇ ਜ਼ੁਲਮਾਂ ਦਾ ਸ਼ਿਕਾਰ ਹੋਈ ਜਾਂਦੀ। ਬਿਲਕੁਲ, ਕਈ ਜਿਹੜੇ ਮਾੜੇ ਅਨਸਰ ਨੇ, ਜਿਵੇਂ ਹੁਣ ਪਿੱਛੇ ਜੇ ਇੱਕ ਖਬਰ ਸ਼ਾਇਦ ਤੁਸੀਂ ਸੁਣੀ ਹੋਊਗੀ ਕਿ ਇੱਕ ਮੈਂਟਲੀ ਡਿਸਟਰਬ ਲੇਡੀ ਸੀਗੀ ਅਤੇ ਮਾੜੇ ਅਨਸਰ ਦੁਆਰਾ ਸਰੀਰਕ ਸ਼ੋਸ਼ਣ ਕੀਤਾ ਗਿਆ ਉਹਨਾਂ ਦਾ। ਬਹੁਤ ਦਰਦ ਭਰੀਆਂ ਕਹਾਣੀਆਂ ਮੈਂ ਤੁਹਾਨੂੰ ਦੱਸ ਰਿਹਾ ਵੀ ਇਹ ਦੱਸਿਆ ਨਹੀਂ ਜਾਂਦਾ ਵੀ ਮਤਲਬ ਇਹ ਲੋਕਤੰਤਰ ਦੇਸ਼ ਦੇ ਵਿੱਚ ਉਹਨਾਂ ਦੇ ਪ੍ਰਤੀ ਸਮਾਜਿਕ ਸੁਰੱਖਿਆ ਦਾ ਪ੍ਰਬੰਧ ਨਾ ਹੋਣਾ ਸਾਡੇ ਲੋਕਤੰਤਰ ਦੇ ਉੱਤੇ ਕਿੱਡਾ ਵੱਡਾ ਸਵਾਲੀਆ ਚਿੰਨ੍ਹ ਹੈ। ਹੁਣ ਇਹ ਸਮਾਜਿਕ ਸੁਰੱਖਿਆ ਦਾ ਪ੍ਰਬੰਧ ਕਿਹਨੇ ਕਰਨਾ? ਕੋਈ ਦੂਜੀ ਕੰਟਰੀ ਆ ਕੇ ਕਰੂਗੀ? ਅਤੇ ਸਮਾਜ ਉਹਦੀ ਸੁਰੱਖਿਆ ਜਿਹੜੀ ਹੈਗੀ ਉਹਦੇ ਨਾਲ ਟ੍ਰੀਟਮੈਂਟ ਵੀ ਜੁੜਿਆ ਹੋਇਆ। ਮਾਮਲੇ 'ਚ ਕਿੱਥੇ ਕੁ ਖੜਾ ਆਪਣਾ ਦੇਸ਼, ਜਾਂ ਆਪਾਂ ਇਕੱਲੇ ਪੰਜਾਬ ਸਟੇਟ ਦੀ ਉਹ ਗੱਲ ਕਰ ਲਈਏ ਤਾਂ ਇਹਨਾਂ ਲੋਕਾਂ ਨੂੰ ਸੁਵਿਧਾਵਾਂ ਦੇਣ ਦੇ ਮਾਮਲੇ 'ਚ ਕਿੱਥੇ ਕੁ ਖੜਾ? ਹੁਣ ਮੈਂ ਜਿੰਨੇ ਵੀ ਸਰੋਤੇ ਸਾਡੇ ਸੁਣਦੇ ਹਾਂ ਸਾਰੇ ਆਪਣੇ ਅੰਦਰ ਝਾਤ ਮਾਰ ਕੇ ਦੇਖੀਏ, ਸਾਨੂੰ ਇੱਦਾਂ ਲੱਗਦਾ ਨਾ ਵੀ ਮੋਹਾਲੀ ਬਹੁਤ ਵਧੀਆ ਸ਼ਹਿਰ ਹੈ। ਮੋਹਾਲੀ ਦੇ ਵਿੱਚ ਇੱਕ ਵੀ ਬਜ਼ੁਰਗ, ਇੱਕ ਵੀ ਲੜਕੀ ਜਿਹੜੀ ਮਾਂ ਬਾਪ ਤੋਂ ਬਾਅਦ ਕੋਈ ਡਿਪਰੈਸ਼ਨ ਚਲੀ ਗਈ ਰੁਲਦੀ ਹੋਵੇ ਉਹਨੂੰ ਰੱਖਣ ਲਈ ਜਗ੍ਹਾ ਹੈ? ਕੋਈ ਡੋਮੈਸਟਿਕ ਵਾਇਲੈਂਸ ਦਾ ਕੋਈ ਵੀ ਪੀੜਤ, ਭਾਵੇਂ ਉਹ ਬਜ਼ੁਰਗ ਹੈ, ਭਾਵੇਂ ਉਹ ਔਰਤ ਹੈ, ਭਾਵੇਂ ਕੋਈ ਲੜਕੀ ਹੈ, ਭਾਵੇਂ ਕੋਈ ਬੱਚਾ ਹੈ, ਅਤੇ ਉਹ ਉੱਥੇ ਪੀੜਤ ਰੁਲ ਰਿਹਾ ਹੋਵੇ, ਕਿੱਥੇ ਰੱਖੋਗੇ ਉਹਨੂੰ? ਦੂਜੀ ਗੱਲ, ਤੀਜੀ ਗੱਲ, ਜਿਹੜਾ ਡਿਸੇਬਿਲਟੀ ਤੋਂ ਪੀੜਤ ਹੈਗਾ, ਜਿਹਨੂੰ ਚਲੋ ਥੋੜ੍ਹਾ ਆਪਾਂ ਕਹਿੰਦੇ ਹਾਂ ਵਿਚਾਰਾ ਇੰਟਲੈਕਚੁਅਲੀ ਵੀਕ ਹੈਗਾ, ਉਸ ਨੂੰ ਰੱਖਣ ਵਾਸਤੇ ਕੋਈ ਮੋਹਾਲੀ ਦੇ ਵੀ ਜਗ੍ਹਾ ਹੈਗੀ ਹੈ? ਫਤਿਹਗੜ੍ਹ ਸਾਹਿਬ ਜਗ੍ਹਾ ਹੈਗੀ ਹੈ, ਰੋਪੜ ਕੋਈ ਜਗ੍ਹਾ ਹੈਗੀ ਹੈ? ਹੁਣ ਰੋਪੜ ਵਾਲੇ ਰੋਪੜ ਤੋਂ ਵੀ ਆਈ ਜਾ ਰਹੇ ਹਨ ਲਗਾਤਾਰ, ਅਤੇ ਮੋਹਾਲੀ ਤੋਂ ਵੀ ਆਈ ਜਾ ਰਹੇ ਹਨ, ਅਤੇ ਉਹਨਾਂ ਨੂੰ ਵਾਰ ਵਾਰ ਅਸੀਂ ਇਹ ਕਹਿੰਦੇ ਵੀ ਤੁਸੀਂ ਇੱਕ ਵਾਰ ਇਸ ਗੱਲ ਦੇ ਉੱਤੇ ਵਿਚਾਰ ਕਰਕੇ ਦੇਖੋ ਵੀ ਇੰਨੇ ਨਾਗਰਿਕ ਹੈ ਜਿਨ੍ਹਾਂ ਦੀ ਗਿਣਤੀ ਆਪਾਂ ਸਰਵੇ ਦੀਆਂ ਰਿਪੋਰਟਾਂ ਦੇਖਦੇ ਹਾਂ ਵੀ ਹੁਣ ਤਾਂ 10 ਲੱਖ ਤੋਂ ਵੀ ਉੱਪਰ ਹੋਣੀ ਹੈ ਨਾ, ਖਾਸ ਕਰਕੇ ਇੰਟਲੈਕਚੁਅਲੀ ਵੀਕ ਦੀ। 2016 ਦੀ ਰਿਪੋਰਟ ਕਹਿੰਦੀ ਹੈ 42 ਲੱਖ ਤਾਂ ਪੰਜਾਬ ਦੇ ਵਿੱਚ, ਬਾਹਰਲੀਆਂ ਸਟੇਟਾਂ 'ਚ ਵੀ ਬਹੁਤ ਹੈ, ਅਤੇ ਇਹਨਾਂ ਦੇ ਲਈ ਕੋਈ ਡੈਡੀਕੇਟਡ ਹੈਲਪਲਾਈਨ ਨਹੀਂ ਹੈਗੀ। ਕਿਸੇ ਬਜ਼ੁਰਗ ਨੂੰ ਕੋਠੀ 'ਚੋਂ ਕੱਢਣਾ, ਜਿਵੇਂ ਤੁਹਾਨੂੰ ਮੈਂ ਦੱਸਦਾ ਸੀ ਵੀ 85 ਸਾਲ ਦੀ ਔਰਤ ਹੈ, ਉਹਦਾ ਬੇਟਾ ਇਹ ਐਕਸੀਡੈਂਟ ਹੋ ਗਿਆ, ਕੋਈ ਪਿਤਾ ਸਿਰ 'ਤੇ ਨਹੀਂ ਰਿਹਾ, ਜਿਹੜੀ ਉਹਨਾਂ ਦੀ ਜਗ੍ਹਾ ਸੀ, ਮਕਾਨ ਸੀ, ਉਹ ਵੀ ਵਿਕ ਲਿਆ, ਕਿਰਾਏ ਦੀ ਜਗ੍ਹਾ 'ਤੇ ਰਹਿੰਦੇ ਸੀ, ਹੁਣ ਉਹ
ਕਿਰਾਏ ਦੇਣ ਵਾਲਾ ਕੋਈ ਨਹੀਂ, ਉਹ ਥੱਲੇ ਹੀ ਪਿਆ ਹੈਗਾ। ਅਤੇ ਉਹ ਜੋ ਸਾਡੇ ਕੋਲ ਮਤਲਬ ਜਦੋਂ ਕੋਈ ਪਬਲਿਕ ਨੇ ਰੌਲਾ ਪਾਇਆ, ਸਰਕਾਰ ਨੇ ਮਤਲਬ ਸਾਡੇ ਕੋਲ ਭੇਜ ਦਿੱਤਾ, ਅਤੇ ਕਹਿੰਦੇ ਕੋਈ ਹੋਰ ਜਗ੍ਹਾ ਹੀ ਨਹੀਂ ਹੈਗੀ। ਅਤੇ ਖੁਦ ਸਰਕਾਰਾਂ ਭੇਜਦੀਆਂ, ਸਰਕਾਰਾਂ ਹੀ ਭੇਜਦੀਆਂ। ਪੰਜਾਬ ਸਰਕਾਰ ਵੱਲੋਂ ਬਹੁਤ ਕੇਸ ਸਾਡੇ ਕੋਲ ਆਏ, ਮੈਂ ਤੁਹਾਨੂੰ ਦੱਸ ਨਹੀਂ ਰਿਹਾ ਵੀ ਹੁਣ ਵੀ ਜਿਹੜਾ 2024 ਚੜ੍ਹਿਆ ਇਹਦੇ ਵਿੱਚ ਤਾਂ 24 ਤੋਂ ਵੀ ਉੱਪਰ ਕੇਸ ਵਾਲੇ। ਇਸ ਉਹੀ ਸਰਕਾਰ ਅੱਜ ਇੱਥੇ ਬਿਜਲੀ ਵੀ ਨਹੀਂ ਦੇ ਸਕਦੀਆਂ। ਉਹਨਾਂ ਨੇ ਆਪਣੇ ਐਕਟ ਦੇ ਵਿੱਚ ਲਿਖਿਆ ਹੈ ਵੀ ਲਾਈਫ ਨੂੰ ਪ੍ਰੋਟੈਕਟ ਕਰਨਾ ਸਾਡੀ ਰਿਸਪੋਂਸੀਬਿਲਟੀ ਹੈ। ਜੇ ਆਪਾਂ ਬਜ਼ੁਰਗ ਦੀ ਗੱਲ ਕਰੀਏ ਤਾਂ ਸੈਕਸ਼ਨ 24 ਦੇ ਵਿੱਚ ਬੜਾ ਕਲੀਅਰ ਹੈ, ਸੀਨੀਅਰ ਸਿਟੀਜ਼ਨ ਐਕਟ ਜਿਹੜਾ 2007 ਦਾ ਬਣਾਇਆ ਹੋਇਆ, ਕਿ ਲਾਈਫ ਦੀ ਪ੍ਰੋਟੈਕਸ਼ਨ ਇਜ਼ ਦੀ ਰਿਸਪੋਂਸੀਬਿਲਟੀ ਆਫ ਗੌਰਮੈਂਟ। ਗੌਰ ਕਰਨੀ, ਇਹਨੂੰ ਪ੍ਰੋਟੈਕਸ਼ਨ ਦੇਣੀ। ਪਰਸਨ ਵਿਦ ਡਿਸੇਬਿਲਟੀ ਐਕਟ ਦੇ ਵਿੱਚ ਦੇਖ ਲਓ ਕਿ ਉਹਦੇ ਵਿੱਚ ਉਹਨਾਂ ਨੇ ਜਗ੍ਹਾ ਜਗ੍ਹਾ 'ਤੇ ਲਿਖਿਆ ਹੈ ਵੀ ਜਿਹੜਾ ਬੰਦਾ ਆਪਣੀ ਸੰਭਾਲ ਤੋਂ ਮਥਾਜ ਹੋ ਗਿਆ, ਜਿਹਨੂੰ ਕੋਈ ਸੰਭਾਲਣ ਵਾਲਾ ਨਹੀਂ ਰਿਹਾ, ਕੋਈ ਵਿਚਾਰਾ ਜਿਹਨੂੰ ਡੈਸਟੀਚਿਊਟ ਕਹਿ ਦਿੰਦੇ ਹੈਗੇ ਆ, ਉਹ ਬੜਾ ਕਲੀਅਰਲੀ ਲਿਖਿਆ ਸੈਕਸ਼ਨ 3 ਦੇ ਵਿੱਚ ਕਿ ਉਹਨਾਂ ਨੂੰ ਅਨਕੰਡੀਸ਼ਨਲੀ ਬਿਨਾਂ ਕਿਸੇ ਦੀ ਸ਼ਰਤ, ਪੈਸੇ ਦੀ ਸ਼ਰਤ ਤੋਂ ਉਹਨਾਂ ਦਾ ਟ੍ਰੀਟਮੈਂਟ ਕਰਨਾ, ਉਹਨਾਂ ਨੂੰ ਸ਼ੈਲਟਰ ਦੇਣਾ। ਅਤੇ ਫਿਰ ਉਸ ਤੋਂ ਅੱਗੇ ਲਿਖਿਆ ਜਿਹੜੇ ਉਹਦੇ ਸੈਕਸ਼ਨ ਹੈਗੇ ਆ 4-5, ਉਹਦੇ ਸਭ ਸੈਕਸ਼ਨਾਂ 'ਚ ਬੜਾ ਡਿਟੇਲ ਦੇ ਵਿੱਚ ਲਿਖਿਆ ਹੋਇਆ ਕਿ ਉਹਨਾਂ ਨੂੰ ਕੱਪੜਾ, ਉਹਨਾਂ ਦਾ ਖਾਣ ਪੀਣ ਦਾ, ਉਹਨਾਂ ਦਾ ਟ੍ਰੀਟਮੈਂਟ ਦਾ, ਅਤੇ ਉਹਨਾਂ ਨੂੰ ਲੋੜੀਂਦੀਆਂ ਸਹੂਲਤਾਂ, ਇੰਨੀ ਡਿਟੇਲ ਦਿੱਤੀ ਹੋਈ ਹੈ ਵੀ ਗੌਰਮੈਂਟ ਦੀ ਰਿਸਪੋਂਸੀਬਿਲਟੀ। ਮੈਂਟਲ ਹੈਲਥ ਕੇਅਰ ਐਕਟ ਜਿਹੜਾ 2017 ਦਾ ਸੈਕਸ਼ਨ 18 ਪੜ੍ਹ ਲਓ, ਜਿੰਨੇ ਵੀ ਤੁਸੀਂ ਪੜ੍ਹੀ ਜਾਓਗੇ ਉਹਦੇ ਵਿੱਚ ਬੜੀ ਕਲੀਅਰਲੀ ਰਿਸਪੋਂਸੀਬਿਲਟੀ ਹੈ। ਮੈਂ ਵਾਰ ਵਾਰ ਇਹਨੂੰ ਲਿਖ ਦਿੰਦਾ ਵੀ ਉਹਦੇ 'ਚ ਬਜਟ ਦੀ ਕਿੱਡੀ ਵੱਡੀ ਗੱਲ ਕੀਤੀ ਗਈ ਹੈ। ਸੈਕਸ਼ਨ 61 ਪੜ੍ਹ ਲਓ, 62 ਪੜ੍ਹ ਲਓ, ਅਤੇ ਉਸਦੇ ਵਿੱਚ ਸੈਕਸ਼ਨ 100 ਕਹਿੰਦਾ ਵੀ ਪੁਲਿਸ ਨੇ ਆਈਡੈਂਟੀਫਾਈ ਕਰਨੇ, ਉਹ ਕੋਈ ਵੀ ਰੁੜਦਾ ਹੋਵੇ ਕਿਤੇ ਉਹਨੂੰ ਚੱਕ ਕੇ ਹੋਸਪਿਟਲ ਜਾਣਾ ਹੈ। ਪਹਿਲੀ ਗੱਲ ਤਾਂ ਪੁਲਿਸ ਇਸ ਗੱਲ 'ਤੇ ਅਵੇਅਰ ਨਹੀਂ ਹੈਗੀ, ਟ੍ਰੇਨਿੰਗ ਨਹੀਂ ਦਿੱਤੀ ਗਈ, ਅਤੇ ਦੂਜੀ ਗੱਲ ਹੈਗੀ ਹੈ ਜੀ ਉਹ ਚੱਕ ਕੇ ਲੈ ਕੇ ਵੀ ਜਾਂਦੇ ਹੈ ਤਾਂ ਅਸੀਂ ਆਪਣੀਆਂ ਹੱਡ ਬੀਤੀਆਂ ਦੱਸਦੇ ਹਾਂ, ਹੋਸਪਿਟਲ ਕਹਿੰਦਾ ਸਾਡੇ ਕੋਲ ਅਰੇਂਜਮੈਂਟ ਨਹੀਂ ਹੈਗਾ। ਅਤੇ ਉਹ ਨਾਗਰਿਕ ਜਾਵੇ ਕਿੱਥੇ, ਬਜ਼ੁਰਗ ਜਾਵੇ ਕਿੱਥੇ, ਕੋਵਿਡ ਦੇ ਵਿੱਚ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਸਾਡੇ ਕੋਲ ਆਉਂਦੇ ਰਹੇ ਹੈ, ਅਤੇ ਮਤਲਬ ਸਾਨੂੰ ਹੋਸਪਿਟਲ ਖੜ੍ਹਾ ਕਰਨਾ ਪੈ ਗਿਆ ਉਹਨਾਂ ਦਿਨਾਂ 'ਚ। ਹੋਸਪਿਟਲ ਰਿਸੀਵ ਨਹੀਂ ਸੀ ਕਰਦੇ, ਕਹਿੰਦੇ ਵੀ ਨਾ ਨਾ ਅਸੀਂ OPD ਵੀ ਬੰਦ ਕੀਤੀ ਹੋਈ ਹੈ। ਅਤੇ ਉਹਨਾਂ ਦਿਨਾਂ ਦੇ ਵਿੱਚ ਐਕਸੀਡੈਂਟ ਕੇਸ ਮੋਹਾਲੀ ਤੋਂ ਜਦੋਂ ਲੈ ਕੇ ਗਏ, ਫਿਰ ਮੋਹਾਲੀ ਵਾਲੇ ਨੇ ਚੰਡੀਗੜ੍ਹ ਰੈਫਰ ਕਰ ਦਿੱਤਾ, ਕਹਿੰਦੇ ਇੱਥੇ ਤਾਂ ਬੰਦ ਹੈ। ਚੰਡੀਗੜ੍ਹ ਵਾਲਾ ਕਹਿੰਦੇ, ਮੇਰੇ ਡਾਇਰੈਕਟਰ ਨਾਲ ਗੱਲ ਹੋਈ, ਕਹਿੰਦੇ ਜੀ ਸਾਡੇ ਤਾਂ ਹਿਮਾਚਲ ਵਾਲੇ ਕਿ ਅਸੀਂ ਹਰਿਆਣੇ ਵਾਲੇ ਕੋਈ ਵੀ ਨਹੀਂ ਲੈਂਦੇ, ਸਾਡੇ ਕੋਲ ਚੰਡੀਗੜ੍ਹ ਹੀ ਨਹੀਂ ਸੰਭਾਲ ਹੁੰਦਾ। ਮੈਂ ਕਿਹਾ ਹੁਣ ਨਾਗਰਿਕੀ ਦੇ ਹਵਾਲੇ ਕਰ ਦਿੱਤਾ। ਇਹੋ ਜਿਹੇ ਹਾਲਾਤਾਂ ਦੇ ਵਿੱਚ ਜ਼ਿੰਮੇਵਾਰੀਆਂ ਤੋਂ ਭੱਜਦੀਆਂ ਨੇ ਸਰਕਾਰਾਂ, ਇਹਦਾ ਮਤਲਬ ਹੋਰ ਕੀ ਕੱਢੂੰਗੇ ਹੁਣ? ਹੁਣ ਜ਼ਿੰਮੇਵਾਰੀ ਨਾਗਰਿਕ ਮਰ ਰਿਹਾ ਹੋਵੇ, ਨਾਗਰਿਕ ਨੂੰ ਸੁਰੱਖਿਅਤ ਕਰਨਾ ਜ਼ਿੰਮੇਵਾਰੀ ਕਿਸੇ ਪ੍ਰਾਈਵੇਟ ਬੰਦੇ ਦੀ ਹੈ। ਸੜਕਾਂ ਬਣਾਤੀਆਂ ਜੇ, ਚਲੋ ਤੁਹਾਨੂੰ ਪਤਾ ਹੀ ਹੈ ਟੈਕਸ ਪਹਿਲਾਂ ਗੱਡੀਆਂ 'ਤੇ, ਜਿਹੜੇ ਕੋਈ ਚੜ੍ਹਦਾ ਹੈਗਾ ਉਹਦਾ ਟੈਕਸ ਪਹਿਲਾਂ ਗੱਡੀ ਲੈਣ ਲੱਗਿਆ ਹੀ ਲੱਖਾਂ ਦਾ ਟੈਕਸ ਲੱਗਦਾ, ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਟੋਲ ਟੈਕਸ ਲਾ ਲਾ ਕਿੱਦਾਂ ਟੈਕਸ, ਉਸ ਤੋਂ ਬਾਅਦ ਰੋਡਾਂ ਦੇ ਉੱਤੇ ਜਿਹੜੇ ਬੰਦੇ ਰੁਲਦੇ ਆ ਹੁਣ ਭੁੱਲ ਗਏ ਘਰ ਦੇ ਰਸਤੇ, ਅਤੇ ਕਿੰਨੇ ਤਰ੍ਹਾਂ ਦੇ ਹਾਲਾਤ ਸਾਡੇ ਸਾਹਮਣੇ ਆ ਰਹੇ ਹੈ। ਉਹਦੇ ਵਿੱਚ ਇੱਕੋ ਗੱਲ ਸਾਡੇ ਸਾਹਮਣੇ ਆਉਂਦੀ ਹੈ ਜਦੋਂ ਉਹਨਾਂ ਨੂੰ ਪੁੱਛਦੇ ਹਾਂ, ਇੰਪਰੂਵ ਹੁੰਦੇ ਹਾਂ, ਉਹਦੇ ਵਿੱਚ ਪ੍ਰੋਫੈਸਰ ਸੀ, ਲੈਕਚਰਰ ਸੀ, ਡਾਕਟਰ ਸੀ, ਸੀਨੀਅਰ ਆਫਿਸਰ ਜਿਹੜੇ ਕਿ ਸੈਕਰੇਟਰੀ ਰਹੇ ਹੈ, ਅਲੱਗ ਅਲੱਗ ਤਰ੍ਹਾਂ ਦੇ ਸਾਰੇ ਤਰ੍ਹਾਂ ਦੇ ਨਾਗਰਿਕ ਇੱਥੇ ਮਿਲਦੇ ਹਨ। ਅਤੇ ਉਹ ਬਸ ਇੱਕੋ ਗੱਲ ਉਹਨਾਂ ਦੀ ਜਦੋਂ ਇੰਪਰੂਵ ਹੁੰਦੇ ਹੈ, ਕਹਿੰਦੇ ਵੀ ਅਸੀਂ ਇਹ ਸੋਚ ਕੇ ਤੁਰ ਰਹੇ ਸੀ ਅਸੀਂ ਆਪਣੇ ਘਰ ਨੂੰ ਜਾ ਰਹੇ ਹਾਂ। ਉਹ ਆਪਣੇ ਘਰ ਨੂੰ ਜਾ ਰਹੇ ਹੈ ਅਤੇ ਰਸਤੇ ਵਿੱਚ ਕੱਪੜੇ ਵੀ ਕਾਲੇ ਹੋ ਗਏ ਉਹਨਾਂ ਦੇ, ਕਿਸੇ ਨੂੰ ਤਰਸ ਆਇਆ, ਕਹਿੰਦੇ ਸਾਨੂੰ ਕੋਈ ਕੱਪੜੇ ਦੇ ਦਿੰਦਾ ਸੀ, ਕਿਸੇ ਨੂੰ ਤਰਸ ਆਉਂਦਾ ਸੀ ਸਾਨੂੰ ਰੋਟੀ ਖਿਲਾ ਦਿੰਦਾ ਸੀ, ਅਸੀਂ ਅਦਰਵਾਈਜ਼ ਢਾਬਿਆਂ ਦੇ ਉੱਤੇ ਰੋਟੀ ਖਾਂਦੇ ਸੀ, ਢਾਬਿਆਂ 'ਤੇ ਕਹਿੰਦੇ ਜਿਸ ਵੇਲੇ ਖਾਂਦੇ ਸੀ ਸਾਡੇ ਕੋਲ ਬਰਤਨ ਮਜਾਉਂਦੇ ਸੀ, ਸਾਡੀ ਹਾਲਤ ਖਰਾਬ ਹੁੰਦੀ ਸੀ, ਫਿਰ ਸਾਨੂੰ ਮਤਲਬ ਇਗਨੋਰ ਕਰਦੇ ਸੀ, ਅਤੇ ਫਿਰ ਅਸੀਂ ਅੱਗੇ ਇਹੀ ਸੋਚ ਕੇ ਤੁਰਦੇ ਰਹੇ ਕਿ ਆਪਣੇ ਘਰ ਨੂੰ ਜਾ ਰਹੇ। ਉਹ ਲੜਕੀਆਂ ਸੜਕਾਂ ਦੇ ਉੱਤੇ ਇੰਨੇ ਇੰਨੇ ਸਾਲ MA MED ਕੀਤੀ ਹੋਈ ਲੜਕੀ ਨੇ ਰਾਤ ਨੂੰ ਧਾਰਮਿਕ ਕੇਂਦਰ ਦੀ ਦੀਵਾਰ ਨਾਲੋਂ ਚੱਕ ਕੇ ਲਿਆਉਣਾ, ਕਿੰਨੇ ਤਰ੍ਹਾਂ ਦੇ ਹਾਲਾਤ ਆ ਜਿਹੜੇ ਕਿ ਬਿਆਨ ਕਰਨੇ ਬੜੇ ਮੁਸ਼ਕਲ ਹੈ। 22 ਸਾਲ ਦੀ ਔਰਤ ਅਤੇ ਉਹਨੇ ਪ੍ਰੈਗਨੈਂਟ 5 ਦਿਨਾਂ ਬਾਅਦ ਆ ਕੇ ਮਤਲਬ ਬੱਚੇ ਨੂੰ ਜਨਮ ਦਿੱਤਾ, ਰਾਤ ਨੂੰ ਮੈਨੂੰ ਫੋਨ ਕਰ ਰਿਹਾ ਇਨਸਾਨ, ਕਹਿੰਦਾ ਵੀ ਮੇਰੇ ਤੋਂ ਦੇਖ ਨਹੀਂ ਹੁੰਦਾ, ਮੇਰੀ ਗੱਡੀ ਜਿਹੜੀ ਇੱਥੇ ਰੁਕ ਗਈ ਹੈ,
ਮੈਂ ਦੋ ਦਿਨ ਹੋ ਗਏ ਇਹਨੂੰ ਇਗਨੋਰ ਕਰਕੇ ਜਾ ਰਿਹਾ, ਪਰ ਇਹਨੂੰ ਕੋਈ ਨਹੀਂ ਇੱਥੇ ਹਾਲ ਚਾਲ ਪੁੱਛ ਰਿਹਾ। ਮਤਲਬ ਇੱਦਾਂ ਦੇ ਪਤਾ ਨਹੀਂ ਕਿੰਨੇ ਕੁ ਅਨੇਕਾਂ ਹੀ ਕੇਸ ਨੇ ਜਿਹੜੇ ਜ਼ੁਲਮਾਂ ਤੋਂ ਪੀੜਤ ਸੰਬੰਧਿਤ ਡਿਪਾਰਟਮੈਂਟਾਂ ਨੂੰ ਫੋਨ ਕਰਨ ਤੋਂ ਬਾਅਦ ਉਹ ਕਹਿੰਦੇ ਅਸੀਂ ਕੀ ਕਰ ਸਕਦੇ ਹਾਂ, ਕਈਆਂ ਨੇ ਇਹ ਕਿਹਾ ਸਾਨੂੰ ਬਿਪਤਾ 'ਚ ਕਿਉਂ ਪਾਉਂਦਾ, ਕਈਆਂ ਨੇ ਕਿਹਾ ਵੀ ਸਾਨੂੰ ਕਾਨੂੰਨ ਕਿਹੜਾ ਜਿਹੜਾ ਅਸੀਂ ਮਦਦ ਕਰੀਏ, ਪੱਲਾ ਝਾੜ ਦਿੰਦੇ ਹੈ ਕਹਿ ਲਓ। ਮੈਂ ਅਲੱਗ ਅਲੱਗ ਇਹਨਾਂ ਲਈ ਪੱਲਾ ਝਾੜ ਦੇਣਾ ਵੀ ਸ਼ਬਦ ਯੂਜ਼ ਕੀਤਾ ਜਾ ਸਕਦਾ ਕਿਸੇ ਕੇਸ ਦੇ ਵਿੱਚ। ਕਈ ਵਾਰ ਤਾਂ ਇਹ ਵੀ ਪੁੱਛਦੇ ਤੁਸੀਂ ਵੱਡੇ ਸੋਸ਼ਲ ਵਰਕਰ ਪਹਿਲਾਂ ਆਪਣਾ ਐਡਰੈਸ ਲਿਖਾਓ। ਬਹੁਤ ਕੁਛ ਜਿਹੜਾ ਹੈਗਾ ਇਹ ਸਰਕਾਰ ਨੂੰ ਮੈਂ ਤਾਂ ਹੀ ਬੇਨਤੀ ਕਰਦਾ ਹੈ ਵੀ ਇਹਨੂੰ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ। ਨਾਗਰਿਕ ਹੈ, ਸਾਡੀ ਸਟੇਟ ਦਾ ਨਾਗਰਿਕ ਹੈ, ਇੱਥੋਂ ਦਾ ਜਾਇਆ ਹੈ, ਅਤੇ ਉਹ ਸਾਨੂੰ ਚੇਤੇ ਕਿਉਂ ਨਹੀਂ ਆਇਆ, ਇੱਕ ਤਾਂ ਇਹ ਬੜਾ ਸਵਾਲ ਹੈ, ਅਤੇ ਇਹਨਾਂ ਦਾ ਵੀ ਤਾਂ ਬਜਟ ਦੇ ਵਿੱਚ ਹਿੱਸਾ ਹੈ, ਇਹ ਇਹਨਾਂ ਲਈ ਬਜਟ ਕਿਉਂ ਨਹੀਂ ਜਦੋਂ ਕਿ ਕਾਨੂੰਨ ਕਹਿੰਦੇ ਹੈਗੇ ਆ ਵੀ। ਹਾਲ ਹੀ ਦੇ ਵਿੱਚ ਬਜਟ ਪੇਸ਼ ਹੋਇਆ, ਕੱਲ੍ਹ ਬਜਟ ਪੇਸ਼ ਕੀਤਾ ਗਿਆ ਤਾਂ ਉਹਨਾਂ ਦੇ ਵਿੱਚ ਵੀ ਕੋਈ ਇੱਦਾਂ ਦੀ ਜਿਹੜੀ ਗੱਲ ਨਹੀਂ ਚੱਕੀ ਗਈ, ਅਤੇ ਹੋਰ ਜਿਹੜੀਆਂ ਗੱਲਾਂ ਬੜੀਆਂ ਚੱਕੀਆਂ ਜਾਂਦੀਆਂ ਨੇ ਕਿ ਅਸੀਂ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾ ਰਹੇ ਹਾਂ, ਅਸੀਂ ਭਾਰਤ ਨੂੰ ਤਰੱਕੀ ਵੱਲ ਲੈ ਕੇ ਜਾ ਰਹੇ ਹਾਂ, ਇਹਨਾਂ ਜਦੋਂ ਅਸੀਂ ਆਪਣੇ ਨਾਗਰਿਕਾਂ ਨੂੰ ਇਹ ਨਹੀਂ ਸਾਂਭ ਸਕਦੇ ਫਿਰ ਇਹਨਾਂ ਬਜਟਾਂ ਦਾ ਕੀ ਫਾਇਦਾ। ਸਮਾਜਿਕ ਸੁਰੱਖਿਆ ਕਿੱਡੀ ਇੰਪੋਰਟੈਂਟ ਚੀਜ਼ ਹੈ, ਬੰਦਾ ਸੁਰੱਖਿਅਤ ਨਹੀਂ ਹੈ ਇਹਦਾ ਮਤਲਬ, ਫਿਰ ਸਾਰੀ ਉਮਰ ਕੰਮ ਕਰਦਾ ਕਿੰਨਾ ਟੈਕਸ ਦਿੰਦਾ, ਇਹ ਸੰਸਥਾਵਾਂ ਜਿਹੜੀਆਂ ਹੈਗੀਆਂ। ਮੈਂ ਉਹੀ ਗੱਲ ਕਰਦਾ ਵੀ ਮਤਲਬ ਜਿਸ ਵੇਲੇ ਇਨਸਾਨ ਰੁਲ ਰਿਹਾ, ਭਾਵੇਂ ਉਹ ਆਪਣੇ ਮਕਾਨ ਦੇ ਵਿੱਚ ਕਿਤੇ ਘਰ ਦੇ ਵਿੱਚ ਰੁਲ ਰਿਹਾ ਅਤੇ ਭਾਵੇਂ ਉਹ ਸੜਕ ਦੇ ਉੱਤੇ ਰੁਲ ਰਿਹਾ, ਅਤੇ ਉਹਦੀ ਰਿਸਪੋਂਸੀਬਿਲਟੀ ਕਿਸੇ ਪ੍ਰਾਈਵੇਟ ਬੰਦੇ ਦੀ ਹੈਗੀ ਹੈ, ਕਿਸੇ ਆਮ ਸਿਟੀਜ਼ਨ ਦੀ ਹੈਗੀ ਹੈ, ਉਹ ਸਬਸਟੀਟਿਊਟ ਹੈ ਸਰਕਾਰ ਦਾ ਕੋਈ ਉਹਨੂੰ ਸਮਾਜਿਕ ਸੁਰੱਖਿਆ ਦੇਣ ਲਈ। ਠੀਕ ਹੈ, ਸਾਡੇ ਵਰਗੇ ਸੋਸ਼ਲ ਵਰਕਰ ਜਿਹੜੇ ਹੈਗੇ ਹੈ ਉਹ ਤਾਂ ਕੋਸ਼ਿਸ਼ ਕਰ ਸਕਦੇ ਹੈ, ਪਰ ਕਦੇ ਤੁਹਾਨੂੰ ਕਦੇ ਇਹ ਸਾਰਾ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਕਦੇ ਕੋਈ ਦਿੱਕਤ ਪਰੇਸ਼ਾਨੀ ਆਈ ਕਿਸੇ ਵੱਲੋਂ, ਕਦੇ ਤੰਗ ਕੀਤਾ ਗਿਆ ਇਸ ਚੀਜ਼ ਨੂੰ ਲੈ ਕੇ? ਆ ਬਿਲਡਿੰਗਾਂ ਦੇ ਢਾਉਣ ਦੇ ਕੇਸ ਹੋਏ ਪਏ ਹੋਏ ਆ, ਮਤਲਬ ਢਾਉਣ ਦੇ ਆਰਡਰ ਹੋਏ ਹੋਏ ਆ ਬਿਲਡਿੰਗਾਂ ਨੂੰ, ਅਤੇ ਇਹਨਾਂ ਦੇ ਪੈਸੇ ਜਿਹੜੇ ਹੈਗੇ ਹੈ ਪੈਸੇ ਬਹੁਤ ਮਤਲਬ ਲੱਖਾਂ 'ਚ ਨਹੀਂ ਕਰੋੜਾਂ 'ਚ ਮੰਗੇ ਜਾ ਰਹੇ ਆ। ਅਤੇ ਦੂਜੀ ਗੱਲ ਜਿਹੜੀ ਬਿਜਲੀ ਕੱਟ ਦਿੱਤੀ, ਹੁਣ ਬਿਜਲੀ ਕੱਟ ਦਿੱਤੀ 100 ਬੰਦੇ ਨੂੰ, ਜਿਹਨਾਂ ਨੂੰ 150 ਬੰਦਾ ਤਾਂ ਇੱਥੇ ਸੰਭਾਲਣ ਨੂੰ ਲੱਗਿਆ ਵਾ ਹੋਣਾ, ਜਿਹ 'ਚ ਕਿੰਨਾ ਪੈਰਾਮੈਡੀਕਲ ਸਟਾਫ ਹੈਗਾ, ਹੈ ਨਾ, ਮੈਡੀਕਲ ਸਟਾਫ ਹੈਗਾ, ਜਿਹਦੇ ਵਿੱਚ ਕਿੰਨੇ GDA ਹੈਗੇ ਹੈ, ਕਿੰਨੇ ਕੇਅਰ ਟੇਕਰ ਹੈ, ਕਿੰਨੇ ਲੰਗਰ ਬਣਾਉਣ ਵਾਲੇ ਹੈ, ਨਲਾਉਣ ਵਾਲੇ ਹੈ, ਸਫਾਈਆਂ ਵਾਲੇ ਹੈ, ਦਵਾਈਆਂ ਵਾਲੇ ਹੈ, ਹੈ ਨਾ, ਇੰਨਾ ਵੱਡਾ ਸਟਾਫ ਡੇਲੀ ਇਹੋ ਜਿਹੇ ਨਾਗਰਿਕਾਂ ਨੂੰ। ਮੈਂ ਹੁਣ ਅਸੀਂ ਗੌਰਮੈਂਟ ਨੂੰ ਲਿਖ ਕੇ ਦਿੱਤਾ ਹੋਇਆ ਵੀ ਜਿਹੜੇ ਕੇਸ ਕੁਛ ਇੱਦਾਂ ਦੇ ਛੋਟੇ ਛੋਟੇ ਬੱਚਿਆਂ ਦੇ ਵਿੱਚ ਰੱਖਣਾ ਉਹਨਾਂ ਨੂੰ ਕਾਫੀ ਰਿਸਕੀ ਹੈ, ਅਸੀਂ ਦੱਸ ਦਿੱਤਾ ਵੀ ਕਿਸੇ ਵੇਲੇ ਵੀ ਜਿਵੇਂ ਉਹ ਕਰੈਡਲ ਵੀ ਮੂੰਹ ਤਾਂ ਮਾਰ ਦਿੰਦੇ ਹੈ ਅਤੇ ਅੱਖਾਂ ਨੂੰ ਵੀ ਪੈਂਦੇ ਹੈ, ਅਤੇ ਦੂਜੇ ਡਿਸਬਿਲਟੀ ਤੋਂ ਪੀੜਿਤ ਬੱਚੇ ਜਿਹੜੇ ਹੈਗੇ ਆ ਜਾਂ ਮਤਲਬ ਜਿਹੜਾ ਅਜਿਹੋ ਜਿਹਾ ਉਹਨਾਂ ਦਾ ਵਾਤਾਵਰਨ, ਹੁਣ ਅਸੀਂ ਜਿਹੜੇ 6 ਤੱਕ ਦੇ ਬੱਚੇ ਉਹਨਾਂ ਨੂੰ ਅਲੱਗ ਰੱਖਿਆ, ਪਰ ਉਹ ਜਿਹੜੇ ਹਾਈਪਰ ਬੱਚੇ ਕੁਛ ਹੈ ਨਾ, ਕਾਫੀ ਜ਼ਿਆਦਾ ਕੈਟਾਗਰੀਜ਼ ਹੋ ਗਈਆਂ ਵੀ ਇਹਨਾਂ ਵਿੱਚੋਂ ਕੁਛ ਬੱਚੇ ਜਿਹੜੇ ਆਪਾਂ ਇਹਨਾਂ ਦੇ ਵਿੱਚ ਰੱਖਦੇ ਹਾਂ ਜਦੋਂ ਉਹ, ਤਾਂ ਇਹਨਾਂ ਲਈ ਬਹੁਤ ਵੱਡਾ ਰਿਸਕ ਆ, ਉਹਨਾਂ 'ਚੋਂ ਕੁਝ ਬੱਚੇ ਭਾਵੇਂ ਤੁਸੀਂ 4 ਬੱਚੇ ਹੀ ਇਹਨਾਂ ਨੂੰ ਸ਼ਿਫਟ ਕਰ ਦਿਉ, ਜਿਹੜਾ ਵੀ ਗੌਰਮੈਂਟ ਦਾ ਕੋਈ ਇਹਨਾਂ ਬੱਚਿਆਂ ਲਈ ਬਣਾਇਆ ਹੋਇਆ ਕਮਿਊਨਿਟੀ ਸੈਂਟਰ ਕਹਿੰਦੇ ਇਹਨਾਂ ਨੂੰ, ਵੀ ਉਹਦੇ ਵਿੱਚ ਸ਼ਿਫਟ ਕਰ ਦਿਉ, ਅਤੇ ਇਹਦੇ ਨਾਲ ਤਾਂ ਹੋਰ ਬੱਚੇ ਵੀ ਸਾਡੇ ਕੋਲ ਬਹੁਤ ਹੈ, ਇਹਨਾਂ ਤੋਂ ਵੀ ਸੀਰੀਅਸ ਬੱਚੇ ਹੋਰ ਬਹੁਤ ਹੈਗੇ ਹੈ, ਅਤੇ ਜਿਹਦੇ ਵਿੱਚ ਗਿਣਤੀ 50 ਦੇ ਕਰੀਬ ਤਾਂ ਹੋਣੀ ਹੋਇਆ, ਹੈ ਨਾ, ਵੀ ਤੁਸੀਂ ਇਹਨਾਂ ਨੂੰ ਸ਼ਿਫਟ ਕਰ ਦਿਉ, ਕੋਈ ਵੀ ਘਟਨਾ ਘਟ ਸਕਦੀ ਹੈ, ਉਹ ਸਰਕਾਰ ਕੋਲੋਂ ਸ਼ਿਫਟ ਨਹੀਂ ਹੋ ਰਹੇ। ਚਲੋ ਮੇਰਾ ਲਾਸਟ ਸਵਾਲ ਹੈ ਤੁਹਾਡੇ ਵਾਸਤੇ, ਇਹਨਾਂ ਸਾਰੀ ਚੀਜ਼ਾਂ ਦੇ ਵਿੱਚ ਤੁਸੀਂ ਰੋਜ਼ ਸਭ ਕੁਝ ਦੇਖਦੇ ਹੋ, ਇਨਸਾਨੀਅਤ ਕਿੱਥੇ ਹੈ, ਕੀ ਲੱਗਦਾ ਇਨਸਾਨੀਅਤ ਹੈ ਅੱਜ ਦੇ ਟਾਈਮ 'ਚ? ਦੇਖੋ ਇਨਸਾਨੀਅਤ ਤਾਂ ਜਿਹੜਾ ਬੰਦਾ ਇਨਸਾਨੀ ਦੇ ਆਧਾਰ 'ਤੇ ਕੰਮ ਕਰਦਾ ਹੈਗਾ ਉਹਦੇ ਪੱਲੇ ਇਨਸਾਨੀਅਤ ਹੈ। ਹੁਣ ਜੇ ਤੁਸੀਂ ਪਰਟੀਕੁਲਰ ਕੋਈ ਖਾਸ ਕਿਸੇ ਦਾ ਨਾਮ ਲੈ ਕੇ ਗੱਲ ਕਰੋਗੇ ਵੀ ਹਾਂ ਫਲਾਣੀ ਜਗ੍ਹਾ 'ਤੇ ਇਨਸਾਨੀਅਤ ਹੈ, ਪਰ ਅੱਜ ਸਮਾਜਿਕ ਸੁਰੱਖਿਆ ਡਿਪਾਰਟਮੈਂਟ ਜਿਹੜਾ ਹੈਗਾ ਉਹਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ, ਉਹਨਾਂ ਨੂੰ ਸਟ੍ਰੈਟਜੀ ਬਣਾਉਣੀ ਚਾਹੀਦੀ ਹੈ ਜੇ ਇਨਸਾਨੀਅਤ ਹੈਗੀ ਉਹਨਾਂ ਦੇ ਅੰਦਰ। ਸੰਵਿਧਾਨ ਤੌਰ 'ਤੇ ਵੀ ਇਨਸਾਨੀਅਤ ਵੀ ਛੱਡ ਦਈਏ, ਸੰਵਿਧਾਨਿਕ ਰਿਸਪੋਂਸੀਬਿਲਟੀ ਜਿਹੜੀ ਹੈਗੀ ਹੈ ਸੰਵਿਧਾਨ ਦੇ ਆਧਾਰ 'ਤੇ ਸਮਾਜ ਨੂੰ ਸੰਭਾਲਣ ਦੀ ਗੱਲ ਕਰੀਏ,
ਅਤੇ ਉਹਨਾਂ ਨੂੰ ਸਟ੍ਰੈਟਜੀ ਬਣਾ ਕੇ ਆਪਣੇ ਪੱਧਰ 'ਤੇ ਬਜਟ ਹੋਣੇ ਚਾਹੀਦੇ ਹੈਗੇ, ਪਹਿਲੀ ਗੱਲ। ਦੂਜੀ ਗੱਲ ਹੈਗੀ ਆਪਣੇ ਉਹਨੂੰ ਡਿਪਾਰਟਮੈਂਟ ਨੂੰ ਸੈਂਸੀਟਾਈਜ਼ ਕਰਨਾ ਚਾਹੀਦਾ ਹੈਗਾ, ਅਤੇ ਇੱਕ ਸਟ੍ਰੈਟਜੀ ਬਣਾ ਕੇ ਸੰਸਥਾਵਾਂ ਨਾਲ ਜਿਹੜੀਆਂ ਕਰ ਰਹੀਆਂ ਉਹਨਾਂ ਦੀ ਹੈਲਪ ਲੈ ਕੇ ਅਤੇ ਉਹਨਾਂ ਨੂੰ ਸੰਭਾਲਣਾ, ਇੱਕ ਨਾਗਰਿਕ ਨੂੰ, ਰੁਲ ਰਹੇ ਨਾਗਰਿਕ ਨੂੰ ਸੰਭਾਲਣਾ ਉਹਨਾਂ ਦੀ ਸੰਵਿਧਾਨਿਕ ਡਿਊਟੀ ਹੈ। ਕਿਸੇ 'ਤੇ ਅਹਿਸਾਨ ਨਹੀਂ ਕਰਦੇ ਉਹ, ਅਤੇ ਇਨਸਾਨੀਅਤ ਜੇ ਹੋਵੇ ਅੱਜ ਸਮਾਜ ਦੇ ਵਿੱਚ, ਫਿਰ ਇਹ ਕਮ ਸੇ ਕਮ ਜਿਹੜਾ ਸਿਸਟਮ ਜਿਹੜਾ ਹੈਗਾ ਉਹ ਕੁਛ ਨਾ ਕੁਛ ਤਾਂ ਇਹਨਾਂ ਲਈ ਅਰੇਂਜਮੈਂਟ ਕਰੇ। ਹੁਣ ਇੱਕ ਵੀ ਬਜ਼ੁਰਗ ਨੂੰ ਸੰਭਾਲਣ ਦਾ ਅਰੇਂਜਮੈਂਟ ਨਾ ਹੋਵੇ, ਫਿਰ ਜੇ ਇੰਨੇ ਵੱਡੇ ਪੱਧਰ 'ਤੇ ਆਪਾਂ ਦੇਖ ਰਹੇ ਹਾਂ ਵੀ ਕਾਲ ਪਿਆ ਹੋਇਆ ਕਿ ਰੁਲ ਰਹੇ ਹੈ। ਦੂਜਾ ਪੱਖ ਉਹਦਾ ਇਹ ਹੈ ਵੀ ਇਨਸਾਨੀਅਤ ਜਿਹੜੀ ਹੈਗੀ ਹੈ ਆਮ ਨਾਗਰਿਕ ਦੇ ਵਿੱਚ, ਜਿਹੜੀ ਇਹ ਇਸ ਗੱਲ ਦਾ ਸਬੂਤ ਹੈ ਕਿ ਇਨਸਾਨੀਅਤ ਹੈਗੀ ਹੈ ਆਮ ਨਾਗਰਿਕ ਦੇ ਵਿੱਚ ਕਿ ਪ੍ਰਭ ਆਸਰਾ ਵਰਗੀਆਂ ਸੰਸਥਾਵਾਂ ਚੱਲਦੀਆਂ। ਇਹਦਾ ਲੱਖਾਂ ਦਾ ਖਰਚਾ, 3 ਲੱਖ ਦਾ ਖਰਚਾ ਹਰ ਰੋਜ਼ ਦਾ, ਮਹੀਨੇ ਦਾ 92 ਲੱਖ ਤੋਂ ਉੱਪਰ ਦਾ ਖਰਚਾ ਜਿਹੜਾ ਹੈਗਾ ਇਹ ਸੰਗਤ ਕਰ ਰਹੀ ਹੈ। ਇਹਦਾ ਮਤਲਬ ਉਹਨਾਂ ਅੰਦਰ ਇਨਸਾਨੀਅਤ ਹੈਗੀ ਹੈ, ਲੋੜ ਹੈ, ਮਤਲਬ ਜਿਹੜੀ ਹੈ ਜਿਹੜੇ ਸਾਡੇ ਜ਼ਿੰਮੇਵਾਰ ਸਮਾਜ ਦੇ ਹੈ ਨਾ, ਅਸੀਂ ਉਹਨਾਂ ਨੂੰ ਹੀ ਸਮਾਜ, ਉਹਨਾਂ ਨੂੰ ਪੁਕਾਰ ਵੀ ਕਰਦੇ ਹਾਂ, ਬਣ ਚੁੱਕੀ ਸਮਾਜ ਦੀ ਹਾਲਤ ਦਾ ਇਜ਼ਹਾਰ ਵੀ ਕਰਦੇ ਹਾਂ। ਅਤੇ ਕਿਉਂਕਿ ਇਹ ਕਿਸ ਨੂੰ ਦੁਖੜੇ ਸੁਣਾਉਣ, ਲੋਕ ਇਹ ਮਤਲਬ ਰੋਗਾਂ ਦੀ ਭਿਅੰਕਰ ਪੀੜਾ ਚੱਲ ਰਹੇ ਹੈ, ਅਤੇ ਮਤਲਬ ਹਾਲਾਤ ਹੈ ਵੀ ਲੋਕਤੰਤਰ ਦੇਸ਼ ਦੇ ਵਿੱਚ ਅੱਜ ਬੇਬਸ ਅਤੇ ਲਾਚਾਰ ਨਾਗਰਿਕ ਰੋਲ ਕੇ ਮਰ ਰਹੇ ਹੈ। ਵੀ ਇਹ ਬਹੁਤ ਵੱਡਾ ਇੱਕ ਸਵਾਲ ਜਿਹਾ ਖੜ੍ਹਾ ਹੋ ਜਾਂਦਾ ਹੈ ਵੀ ਜੇ ਇਨਸਾਨੀਅਤ ਹੈਗੀ ਹੈ ਅਤੇ ਫਿਰ ਇਹ ਰੋਗ ਇੰਨੇ ਵੱਡੇ ਪੱਧਰ 'ਤੇ ਰੁਲਦੇ ਹੈ, ਸਾਰੀ ਉਮਰ ਕੰਮ ਕਰਦੇ ਹੈ, ਹੁਣ ਵੀ ਟੈਕਸ ਦਿੰਦੇ ਹੈ, ਅਤੇ ਪਰ ਇਹਨਾਂ ਦੀ ਪੁਕਾਰ ਸੁਣਨ ਵਾਲਾ ਕੌਣ ਹੈ? ਅਤੇ ਇਸ ਕਰਕੇ ਇਹ ਸਵਾਲ ਜਿਹੜੇ ਹੈਗੇ ਆ ਖੜ੍ਹੇ, ਇਹ ਦੱਸਦੇ ਹਾਂ ਕਿ ਇਨਸਾਨੀਅਤ ਦਾ ਵੱਡੇ ਪੱਧਰ 'ਤੇ ਕਾਲ ਹੈ ਜਿਹੜਾ ਕਿ ਸਕੂਲਾਂ ਦੇ ਵਿੱਚੋਂ ਸ਼ੁਰੂ ਹੋਣਾ ਚਾਹੀਦਾ ਹੈ। ਸਕੂਲਾਂ ਦੇ ਵਿੱਚ ਹੀ ਸਾਨੂੰ ਇੱਕ ਇਨਸਾਨੀਅਤ ਕਦਰਾਂ ਕੀਮਤਾਂ ਜਿਹੜੀਆਂ ਸਾਡੇ ਅੰਦਰ ਪੈਦਾ ਹੋ ਸਕਣ, ਅਤੇ ਉਸ ਤਰ੍ਹਾਂ ਦੇ ਸਬਜੈਕਟ ਚਾਹੀਦੇ ਹੈ, ਉਹੋ ਜਿਹਾ ਸਿਲੇਬਸ ਚਾਹੀਦਾ ਹੈ, ਅਤੇ ਉਸ ਤੋਂ ਬਾਅਦ ਵਾਤਾਵਰਨ ਵੀ ਸਾਨੂੰ ਉੱਦਾਂ ਦਾ ਮਿਲਣਾ ਚਾਹੀਦਾ ਹੈ ਜਿਹਦੇ ਵਿੱਚੋਂ ਸਾਡੇ ਅੰਦਰ ਮਾਨਵਤਾ ਦਾ ਪ੍ਰੇਮ, ਸਮਾਜ ਦਾ ਦਰਦ, ਉਸ ਤੋਂ ਬਾਅਦ ਜਿਹੜਾ ਆਫਿਸਰ ਬਣਨਾ ਹੈਗਾ, ਆਫਿਸਰ ਬਣ ਕੇ ਵੀ ਤਾਂ ਅੱਜ ਕੱਲ੍ਹ ਕਿੰਨਾ ਸਟ੍ਰੈਸ, ਅਤੇ ਕਈ ਵਾਰ ਜਿਹੜੀ ਨੀਂਦ ਸੌਖੀ ਨਹੀਂ ਆਉਂਦੀ, ਇਸ ਕਰਕੇ ਮਤਲਬ ਡਿਪਰੈਸ਼ਨ ਦਾ ਰੇਟ ਵੀ ਆਹੀ ਹੈ। ਕਿਉਂਕਿ ਸਾਨੂੰ ਇਨਵਾਇਰਮੈਂਟ ਜਿਹੜਾ ਹੈਗਾ ਜਿਹਦੇ ਵਿੱਚ ਜਿਹੜਾ ਮਾਂ ਦੇ ਪੇਟ ਤੋਂ ਲੈ ਕੇ ਅਖੀਰਲੇ ਦਮ ਤੱਕ ਇਨਸਾਨ ਨੂੰ ਸ਼ਮਸ਼ਾਨ ਘਾਟ ਤੱਕ ਇਨਵਾਇਰਮੈਂਟ ਪ੍ਰਭਾਵਿਤ ਕਰਦਾ, ਉਹਦੀ ਸੋਚ ਨੂੰ, ਸਾਨੂੰ ਉਹੋ ਜਿਹਾ ਵਾਤਾਵਰਨ ਪਰਿਵਾਰਾਂ ਤੋਂ ਲੈ ਕੇ ਸਕੂਲਾਂ ਤੋਂ ਲੈ ਕੇ ਅਤੇ ਹਰ ਜਗ੍ਹਾ 'ਤੇ ਸਾਨੂੰ ਜੇਕਰ ਇਹ ਵਾਤਾਵਰਨ ਇੱਦਾਂ ਦਾ ਮਿਲਣਾ ਸ਼ੁਰੂ ਹੋ ਜਾਵੇ ਤਾਂ ਮੈਨੂੰ ਲੱਗਦਾ ਪੰਜਾਬ ਵਰਗਾ ਕੋਈ ਸਟੇਟ ਹੈ ਨਹੀਂ ਅਤੇ ਵੱਡੇ ਪੱਧਰ 'ਤੇ ਲੋਕਾਂ ਨੂੰ ਸੰਭਾਲਿਆ ਜਾ ਸਕਦਾ। ਇਹ ਦੇਸ਼ ਗੁਰੂਆਂ ਪੀਰਾਂ ਦਾ, ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਵੱਡੇ ਵੱਡੇ ਸ਼ੈਲਟਰ ਹੋਮ ਬਣਾ ਕੇ ਸੰਭਾਲੇ, ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਇੱਕ ਇੱਕ ਖੂਹ ਦੇ ਵਿੱਚ 6-6 ਹਰਟਾਂ ਵੀ ਪਾਈਆਂ, ਜਿਨ੍ਹਾਂ ਨੇ ਯਤੀਮਾਂ ਲਈ ਘਰ ਵੀ ਬਣਾਏ, ਜਿਨ੍ਹਾਂ ਦੇ ਗੁਰੂ ਹਰ ਰਾਏ ਪਾਤਸ਼ਾਹ ਦੇ ਦਵਾਖਾਨਿਆਂ ਵਿੱਚ ਰਾਜਿਆਂ ਦੇ ਪਰਿਵਾਰ ਵੀ ਦਵਾਈਆਂ ਲੈ ਕੇ ਠੀਕ ਹੋਏ, ਜਿਹੜਾ ਬਹਾਦਰ ਸ਼ਾਹ ਸੀ ਉਹਦਾ ਡਾਕਟਰ ਵੀ ਇੱਥੋਂ ਦਵਾਈਆਂ ਲੈ ਕੇ ਠੀਕ ਹੋਇਆ, ਦਾਰਾ ਸ਼ਕੋਹ ਜਿਹੜਾ ਸੀ ਸ਼ਾਹਜਹਾਂ ਦਾ ਬੇਟਾ ਉਹ ਵੀ ਮਤਲਬ ਦਵਾਖਾਨਿਆਂ 'ਚੋਂ ਦਵਾਈਆਂ ਲੈ ਕੇ ਇੱਥੋਂ ਠੀਕ ਹੋਇਆ, ਅਤੇ ਮਤਲਬ ਕਹਿ ਲਓ ਵੀ ਉਹਨੇ ਚੇਚਕ ਦੇ ਰੋਗੀਆਂ ਲਈ ਜੀਵਨ ਲਾ ਦਿੱਤੇ, ਅਤੇ ਗੁਰੂ ਸਾਹਿਬ ਨੇ ਮਤਲਬ ਚਾਂਦਨੀ ਚੌਂਕ ਦੇ ਵਿੱਚ ਐਡੇ ਵੱਡੇ ਬਲਿਦਾਨ ਦੇ ਦਿੱਤੇ ਮਨੁੱਖੀ ਹੱਕਾਂ ਲਈ, ਅਤੇ ਗੁਰੂ ਗੋਬਿੰਦ ਸਿੰਘ ਨੇ ਜੀਵਨ ਨਹੀਂ ਆਪਣੇ ਸਰਵੰਸ ਲਗਾ ਦਿੱਤੇ। ਇੱਥੇ ਬਹੁਤ ਅੱਛੇ ਸੰਸਕਾਰ ਹੈਗੇ ਹੈ, ਪਰ ਲੋੜ ਹੈਗੀ ਹੈ ਇੱਕ ਇਨਸਾਨੀਅਤ ਨੂੰ ਆਧਾਰ ਬਣਾ ਕੇ ਪੋਲਿਸੀਆਂ ਬਣਾ ਕੇ ਕੰਮ ਕਰਨ ਦੀ। ਤਾਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਭਾਈ ਸ਼ਮਸ਼ੇਰ ਸਿੰਘ ਮੌਜੂਦ ਨੇ। ਜਿਸ ਤਰੀਕੇ ਦੇ ਨਾਲ ਇਹਨਾਂ ਨੇ ਦੱਸਿਆ, ਹੈਰਾਨ ਕਰ ਦੇਣ ਵਾਲੀਆਂ ਗੱਲਾਂ ਨੇ ਕਿ ਕਿਸ ਤਰੀਕੇ ਦੇ ਨਾਲ ਅੱਜ ਇਨਸਾਨੀਅਤ ਨੂੰ ਸਾਂਭਿਆ ਨਹੀਂ ਜਾ ਰਿਹਾ। ਇਨਸਾਨੀਅਤ ਜਿਉਂਦੀ ਹੈ, ਕਿਉਂਕਿ ਜੇਕਰ ਇਨਸਾਨੀਅਤ ਜਿਉਂਦੀ ਹੈ ਤਾਂ ਹੀ ਪ੍ਰਭ ਆਸਰਾ ਵਰਗੀਆਂ ਸੰਸਥਾਵਾਂ ਚੱਲ ਰਹੀਆਂ ਨੇ। ਪਰ ਜੇ ਅਸਲ 'ਚ ਸਾਰੇ ਲੋਕਾਂ ਦੇ ਵਿੱਚ ਇਨਸਾਨੀਅਤ ਹੋਵੇ ਤਾਂ ਇੱਦਾਂ ਦੀਆਂ ਸੰਸਥਾਵਾਂ ਦੀ ਲੋੜ ਹੀ ਕੀ ਪਵੇ। ਤਾਂ ਇੱਦਾਂ ਦੀਆਂ ਹੋਰ ਵੀ ਸਟੋਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਕੈਮਰਾਮੈਨ ਸੋਨੂ ਦੇ ਨਾਲ ਮੈਂ ਰਮਨਦੀਪ ਸਿੰਘ, ਲਿਵ ਔਨ।